ਸ੍ਰੀ ਗੁਰੂ ਗੋਬਿੰਦ ਸਿੰਘ ਬਿਸਾਲਾ ਧਰੋ ਧਰਾ ਪਰ ਪੁੰਨ ਪੁੰਨ ਸੀਸਾ ਪੁੰਨ ਪੁੰਨ ਸੀਸਾ ਬੰਦੋ ਬਾਰ ਬਾਰ ਜਗਦੀਸ਼ਾ ਜਿਸਮੈਂ ਹੈ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨੁਰਾਗ ਏਕੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਸੱਚੇ ਪਾਤਸ਼ਾਹ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੀ ਇੱਜ਼ਤ ਰੱਖਣ ਵਾਲੇ ਪੱਤ ਰੱਖਣ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਬੜੇ ਹੀ ਪਿਆਰ ਦੇ ਨਾਲ ਸਭ ਸਿੱਖ ਸੰਗਤ ਜੋੜੋ ਦੋਵੇਂ ਹੱਥ ਬੜੇ ਪਿਆਰ ਨਾਲ ਸਾਰੀ ਸੰਗਤ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਿਗੁਰੂ ਜੀ ਦੀ ਪਵਿੱਤਰ ਪਾਵਨ ਹਾਜ਼ਰੀ ਵਿਖੇ ਸੁਭਾਏ ਮਾਨ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੀ ਪਿਆਰੀ ਸਾਜੀ ਨਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਆਪ ਜੀ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਹਾਜ਼ਰੀ ਵਿੱਚ ਸੱਜ ਕੇ ਬੈਠੇ ਹੋ ਗੁਰਬਾਣੀ ਜੀ ਦਾ ਰਸ ਭਿੰਨਾ ਕੀਰਤਨ ਗੁਰੂ ਸਵਾਰਿਆਂ ਦੀ ਰਸਨਾ ਪਾਸੋਂ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਰਵਣ ਕੀਤਾ ਆਓ ਸਾਰੀ ਸੰਗਤ ਦਾਸ ਦੀ ਅਤੇ ਆਪਣੀ ਹਾਜ਼ਰੀ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਲਵਾਓ ਗੱਜ ਕੇ ਸਾਰੀ ਸੰਗਤ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਬੇਬੇ ਨਾਨਕ ਜੀ ਦੇ ਕੋਲੋਂ ਖੁਸ਼ਾਂ ਲੈ ਕੇ ਗਰੀਬ ਨਵਾਜ ਸੱਚੇ ਪਾਤਸ਼ਾਹ ਹੁਣ ਅੱਗੇ ਵਧੇ ਹੈ ਅਤੇ ਜਿਸ ਪਾਸੇ ਨੂੰ ਮਹਾਰਾਜ ਸੱਚੇ ਪਾਤਸ਼ਾਹ ਨੇ ਜਾਣਾ ਬਸ ਰਹਿਮਤਾਂ ਹੀ ਰਹਿਮਤਾਂ ਬਖਸ਼ਿਸ਼ਾਂ ਹੀ ਬਖਸ਼ਿਸ਼ਾਂ ਮਿਹਰਾਂ ਹੀ ਮਿਹਰਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਵਰਤਾਈ ਜਾਣੀਆਂ ਖੁਦ ਨਿਰੰਕਾਰ ਨੇ ਸਰੀਰ ਧਾਰਨ ਕੀਤਾ ਹੈ ਜੀ ਆਪ ਨਾਰਾਇਣ ਕਲਾ ਤਹਾਰ ਜਗਮਹ ਪਰਵਰਿਓ ਆਪ ਨਾਰਾਇਣ ਨੇ ਪਰਮੇਸ਼ਰ ਨੇ ਅਵਤਾਰ ਧਾਰਨ ਕਰਕੇ ਅਤੇ ਜਗਤ ਵਿੱਚ ਵਿਚਰਨਾ ਕੀਤਾ ਜੀ ਜਗਤ ਵਿੱਚ ਵਿਚਰੇ ਜਿਸ ਪਾਸੇ ਹੁਣ ਮਹਾਰਾਜ ਨੇ ਜਾਣਾ ਉਸੇ ਪਾਸੇ ਰਹਿਮਤਾਂ ਬਖਸ਼ਿਸ਼ਾਂ ਮਿਹਰਾਂ ਅਤੇ ਮਹਾਰਾਜ ਦੀਆਂ ਵਡਿਆਈਆਂ ਹੀ ਵਡਿਆਈਆਂ ਸਾਧ ਸੰਗਤ ਜੀ ਸਰਵਣ ਕਰੀਏ ਜੋੜੋ ਦੋਵੇਂ ਹੱਥ ਪਿਆਰ ਨਾਲ ਆਖੋ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਿਰ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਧੰਨਵਾਦ ਆਪ ਜੀ ਨੇ ਜਿਸ ਪਾਸੇ ਨੂੰ ਤੁਰਨਾ ਮੈਂ ਤੇ ਆਪ ਜੀ ਦੇ ਪਿੱਛੇ ਪਿੱਛੇ ਚੱਲਣ ਵਾਲਾ ਜਗ ਗੁਰ ਕਹੇ ਏਵਨਾ ਬਾਦ ਏਕ ਨਗਰ ਉਰ ਲਖੀਏ ਗੱਜ ਕੇ ਆਖੋ ਮੇਰੇ ਕੋ ਭਾਵੇਂ ਮਰਦਾਨਾ ਜੀ ਵੀ ਅੱਗੋਂ ਫਿਰ ਇਹ ਨਹੀਂ ਕਿਹਾ ਵੀ ਮਹਾਰਾਜ ਉਸ ਪਾਸੇ ਚੱਲਦੇ ਆ
ਗੁਰੂ ਸਾਹਿਬ ਨੇ ਦੱਸਿਆ। ਮਹਾਰਾਜ ਕਹਿੰਦੇ ਮਰਦਾਨਿਆ ਇੱਕ ਇਲਾਕਾ ਹੈ ਐਮਨਾਬਾਦ, ਐਮਨਾਬਾਦ ਵਾਲੇ ਪਾਸੇ ਚੱਲਦੇ ਆ। ਤਹਿ ਤਖਾਨ ਇੱਕ ਲਾਲੋ ਪਸਈ ਪਲ ਹੈ ਪ੍ਰਾਕ ਤਹਿ ਤਖੀਏ। ਦੇਖ ਲੋ ਮਹਾਰਾਜ ਨੂੰ ਸਭ ਪਤਾ ਪਿਆਰਿਓ, ਹੁਣ ਵੀ ਕਿਹੜਾ ਸਿੱਖ ਕਿੱਥੇ ਬੈਠਾ ਬੰਦਗੀ ਕਰਨ ਦਿਆ, ਸਤਿਗੁਰੂ ਜੀ ਨੂੰ ਸਾਰੀ ਗੱਲ ਦਾ ਪਤਾ। ਮਹਾਰਾਜ ਜੀ ਗਰੀਬ ਨਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਕਹਿਣ ਲੱਗੇ ਪ੍ਰਧਾਨਿਆ ਚੱਲ ਐਮਨਾਬਾਦ ਵਿੱਚ ਚੱਲੀਏ, ਉੱਥੇ ਇੱਕ ਗਰੀਬ ਸਿੱਖ ਰਹਿੰਦਾ ਤਰਖਾਨ ਹੈ, ਨਾਮ ਹੈ ਉਹਦਾ ਭਾਈ ਲਾਲੋ। ਗੱਜ ਗਿਆ ਤੇ ਵੇਖ ਲਓ ਭਾਈ ਲਾਲੋ ਜੀ ਦਾ ਨਾਮ ਬਾਣੀ ਵਿੱਚ ਵੀ ਆਇਆ ਜੀ। ਹਾਂਜੀ ਬਾਣੀ ਵਿੱਚ ਵੀ ਆਇਆ ਭਾਈ ਲਾਲੋ ਜੀ ਦਾ ਨਾਮ। ਤੇ ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਆ ਵੀ ਚੱਲ ਭਾਈ ਲਾਲੋ ਨੂੰ ਮਿਲਣ ਚੱਲੀਏ, ਬੜਾ ਵਧੀਆ ਬੰਦਾ। ਮਹਾਰਾਜ ਵੇਖ ਲੋ ਕੋਈ ਬੰਦਾ ਬੈਠਾ ਕਿਤੇ ਬੈਠਾ ਧਰਮ ਦੀ ਕਿਰਤ ਕਰਦਾ ਤੇ ਰੱਬ ਨੂੰ ਯਾਦ ਕਰਦਾ, ਉਹਨੂੰ ਭਟਕਣ ਦੀ ਲੋੜ ਨੀ ਪੈਂਦੀ, ਰੱਬ ਉਹਦੇ ਕੋਲ ਆਪੇ ਚੱਲ ਕੇ ਆ ਜਾਂਦਾ, ਆਪੇ ਚੱਲ ਕੇ ਆ ਜਾਂਦਾ। ਹੌਲੀ ਹੌਲੀ ਐਮਨਾਬਾਦ ਨੂੰ ਗਰੀਬ ਨਵਾਜ ਦੀ ਤੁਰ ਪਏ। ਕਹਿੰਦੇ ਸੁੰਦਰ ਚਰਨ ਕਮਲਾਂ ਵਾਲੇ ਸੱਚੇ ਪਾਤਸ਼ਾਹ ਗਰੀਬ ਨਵਾਜ ਤੁਰ ਪਏ ਹੈ। ਕਹਿੰਦੇ ਬੜੇ ਪ੍ਰੇਮ ਨਾਲ ਮਹਾਰਾਜ ਤੁਰਦੇ ਜਾਂਦੇ ਆ, ਰਾਤ ਪੈਂਦੀ ਹੈ ਕਿਸੇ ਨਗਰ 'ਚ ਠਹਿਰਾਓ ਕਰ ਲੈਂਦੇ ਆ, ਤੇ ਐਮਨਾਬਾਦ ਪਹੁੰਚਣ ਪਹੁੰਚਣ ਤੱਕ ਗੁਰੂ ਨਾਨਕ ਸਾਹਿਬ ਜੀ ਦੀਆਂ ਸਿਫਤਾਂ ਫੈਲ ਗਈਆਂ ਜੀ ਆਸੇ ਪਾਸੇ। ਸਤਾਰਾਂ ਦਿਨ ਦਾ ਸਫ਼ਰ, ਹੁਣ ਕੀ ਕੰਮ ਹੈ ਜੀ, ਬਸ ਉੱਥੇ ਲਾਲੋ ਨੂੰ ਮਿਲਣ ਜਾਣਾ। 17 ਦਿਨ ਲੱਗੇ ਹਜ਼ੂਰ ਗਰੀਬ ਨਵਾਜ ਸੱਚੇ ਪਾਤਸ਼ਾਹ 17 ਦਿਨਾਂ ਬਾਅਦ ਐਮਨਾਬਾਦ ਪਹੁੰਚੇ। ਗਏ ਸਦਨ ਤਹਿ ਦੋਖ ਨਿਕੰਦਨ ਸੇਵਕ ਦਾ ਅਹਿਲਾ। ਹੁਣ ਵੇਖ ਲੋ ਉੱਥੇ ਕਿਸੇ ਕੋ ਘਰ ਦਾ ਐਡਰੈਸ ਤੇ ਨਹੀਂ ਪੁੱਛਿਆ ਜੀ, ਮਹਾਰਾਜ ਸੱਚੇ ਪਾਤਸ਼ਾਹ ਨੇ ਗੁਰੂ ਸਾਹਿਬ ਨੂੰ ਸਾਰਿਆਂ ਦੇ ਐਡਰੈਸ ਪਤਾ ਹੈ, ਕਿਹੜੇ ਸਿੱਖ ਦਾ ਘਰ ਕਿੱਥੇ ਹੈ, ਕਿਹੜਾ ਕਿੱਥੇ ਬੈਠਾ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਸਿੱਧਾ ਹੀ ਐਮਨਾਬਾਦ ਵਿੱਚ ਜਾ ਕੇ ਤੇ ਭਾਈ ਲਾਲੋ ਦੇ ਘਰ ਪਹੁੰਚ ਗਏ। ਆਪਾਂ ਪੁੱਛਦੇ ਕਿਸੇ ਨੂੰ, ਭਾਈ ਮਰਦਾਨਾ ਜੀ ਬੜੇ ਹੈਰਾਨ ਹੋਏ ਵੀ ਇਹਨਾਂ ਦਾ ਸਾਰਾ ਕੁਛ ਹੀ ਪਤਾ ਹੈ, ਸਾਰੀ ਗੱਲ ਦੀ ਸੋਝੀ ਹੈ, ਹਰ ਗੱਲ ਦੀ ਖਬਰ ਹੈ। ਭਾਈ ਲਾਲੋ ਨੂੰ ਨੀ ਪਤਾ ਵੀ ਕੌਣ ਹੈ, ਹੁਣ ਭਾਈ ਲਾਲੋ ਨੂੰ ਨੀ ਪਤਾ ਵੀ ਇਹ ਕੌਣ ਨੇ, ਪਰ ਭਾਈ ਲਾਲੋ ਜੀ ਨੇ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਤੇ ਭਾਈ ਲਾਲੋ ਦੇ ਅੰਦਰ ਠੰਡ ਵਰਤੀ। ਬੰਦਗੀ ਵਾਲਿਆਂ ਦੇ ਦਰਸ਼ਨ 'ਚ ਪ੍ਰਤਾਪ ਹੁੰਦਾ ਜੀ, ਭਾਈ ਲਾਲੋ ਜੀ ਨੂੰ ਨਾ ਜੀ ਠੰਡ ਮਹਿਸੂਸ ਹੋਈ ਜੀ, ਅਤੇ ਭਾਈ ਲਾਲੋ ਜੀ ਉਹ ਸਾਧ ਸੰਗਤ ਜੀ ਬੜੇ ਖੁਸ਼ ਪ੍ਰਸੰਨ ਹੋਏ, ਅਤੇ ਭਾਈ ਲਾਲੋ ਜੀ ਨੂੰ ਕਿਹਾ ਨਹੀਂ ਕਿਸੇ ਨੇ ਜੀ, ਕਿਹਾ ਨਹੀਂ ਜੀ। ਹੁਣ ਵੇਖੋ ਨਾ ਮਹਾਰਾਜ ਇੰਨੀ ਦੂਰੋਂ ਭਾਈ ਲਾਲੋ ਨੂੰ ਤਾਂ ਮਿਲਣ ਆਏ ਹੈ, ਅਤੇ ਭਾਈ ਲਾਲੋ ਨੂੰ ਕਿਹਾ ਨਹੀਂ ਕਿਸੇ ਨੇ, ਭਾਈ ਲਾਲੋ ਜੀ ਨੇ ਜਦੋਂ ਮਹਾਰਾਜ ਦੇ ਦਰਸ਼ਨ ਕੀਤੇ ਤਾਂ ਆਪੇ ਹੀ ਧਰਤੀ 'ਤੇ ਮੱਥਾ ਰੱਖ ਕੇ ਮੱਥਾ ਟੇਕ ਦਿੱਤਾ ਜੀ। ਆਪਾਂ ਵੀ ਟੇਕੀਏ, ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ, ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਹੇਰ ਮੁਖਾਰ ਬਿੰਦ ਪਾਠਾ ਡੋ ਪਦ ਬੰਧਨ ਅਰ ਬੰਧੇ। ਕਹਿੰਦੇ ਆ ਪਹਿਲਾਂ ਖਲੋਤੇ ਮਹਾਰਾਜ ਦੇ ਦਰਸ਼ਨ ਕੀਤੇ ਅਤੇ ਕਿਹਾ ਨਹੀਂ ਕਿਸੇ ਨੇ, ਭਾਈ ਲਾਲੋ ਨੇ ਆਪੇ ਫਿਰ ਧਰਤੀ 'ਤੇ ਮੱਥਾ ਟੇਕਤਾ ਜੀ। ਹਾਂਜੀ ਦਰਸ ਬਲੋਕਤ ਸ਼ਾਂਤ ਭਈ ਮਨ ਲਾਲੋ ਹਿਰਦੇ ਆਨੰਦੇ। ਸਤਿਗੁਰੂ ਜੀ ਦੇ ਦਰਸ਼ਨ ਕਰਕੇ ਭਾਈ ਲਾਲੋ ਜੀ ਦੇ ਅੰਦਰ ਬੜੀ ਠੰਡ ਵਰਤੀ ਜੀ, ਠੰਡ ਵਰਤੀ, ਮਨ ਸ਼ਾਂਤ ਹੋ ਗਿਆ। ਗੁਰਮੁਖੋ ਇਹ ਪੂਰਬਲੇ ਸੰਬੰਧ ਹੁੰਦੇ ਹੈ,
ਪੂਰਬਲੇ ਸੰਬੰਧ ਹੁੰਦੇ ਆ ਅਤੇ ਵੇਖ ਲਓ ਦੱਸਣ ਪੁੱਛਣ ਦੀ ਲੋੜ ਨਹੀਂ ਹੈਗੀ ਜੀ ਕੁਛ। ਅਤੇ ਭਾਈ ਲਾਲੋ ਜੀ ਦੇ ਅੰਦਰ ਠੰਡ ਵਰਤ ਗਈ ਜੀ। ਹਾਂਜੀ ਚਿੱਤ ਕਰਤਾਰ ਨਿਤ ਹੋਏ ਕੈ ਤੋ ਕੋ ਬੈਸ ਕਿਰਤ ਕੋ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਨੇ ਫਿਰ ਆਸ਼ੀਰਵਾਦ ਵੀ ਦੇ ਦਿੱਤਾ ਜੀ, ਆਸ਼ੀਰਵਾਦ ਵੀ ਦੇ ਦਿੱਤਾ। ਪਹਿਲੀ ਵਾਰੀ ਭਾਈ ਲਾਲੋ ਜੀ ਨੇ ਮੱਥਾ ਟੇਕਿਆ ਅਤੇ ਪਹਿਲੀ ਵਾਰੀ 'ਚ ਹੀ ਮਹਾਰਾਜ ਨੇ ਬੜੀ ਵੱਡੀ ਆਸ਼ੀਰਵਾਦ ਦੇ ਦਿੱਤੀ। ਮਹਾਰਾਜ ਕਹਿੰਦੇ ਭਾਈ ਤੇਰੇ ਚਿੱਤ 'ਚ ਕਰਤਾਰ ਵਸਿਆ ਰਵੇ। ਮਹਾਰਾਜ ਕਹਿੰਦੇ ਰੱਬ ਨਾ ਤੈਨੂੰ ਭੁੱਲੇ। ਅਤੇ ਨਾਲ ਹੀ ਮਹਾਰਾਜ ਕਹਿੰਦੇ ਆਪਣੇ ਘਰ ਬੈਠ ਕੇ ਤੂੰ ਧਰਮ ਦੀ ਕਿਰਤੀ ਕਰਨੀ, ਹੋਰ ਨਹੀਂ ਕੁਛ ਕਰਨਾ। ਹਾਂਜੀ ਬੂਝਤ ਲਾਲੋ ਆਏ ਕਿਤ ਤੇ ਕਰੁਣਾ ਸਦਨ ਉਚਰੀਏ। ਅਤੇ ਭਾਈ ਲਾਲੋ ਨਾ ਦਰਸ਼ਨ ਕਰਕੇ ਠੰਡ ਜੂ ਪਈ ਅਤੇ ਭਾਈ ਲਾਲੋ ਜੀ ਹੱਥ ਜੋੜ ਕੇ ਕਹਿੰਦੇ ਹੇ ਕਿਰਪਾ ਦੇ ਖਜ਼ਾਨੇ, ਇਹ ਤਾਂ ਦੱਸੋ ਵੀ ਤੁਸੀਂ ਆਏ ਕਿੱਧਰੋਂ, ਇਹ ਤਾਂ ਦੱਸ ਦਿਓ। ਹਾਂਜੀ ਬੀਸ ਅਪੂਰਬ ਰੂਪ ਅਨੂਪਮ ਮਧੁਰ ਮੁਖਰ ਗਤ ਦੈਨਾ। ਅਤੇ ਮਹਾਰਾਜ ਸੱਚੇ ਪਾਤਸ਼ਾਹ ਤੁਹਾਡਾ ਸੁੰਦਰ ਸਰੂਪ ਹੈ, ਅਨੂਪਮ ਰੂਪ ਹੈ, ਬਚਨ ਬੜੇ ਮਿੱਠੇ ਨੇ ਤੁਹਾਡੇ। ਇੱਕੋ ਹੀ ਗੱਲ ਮਾਤਾ ਨੇ ਆਖੀ, ਆਪਣੀ ਥਾਂ 'ਤੇ ਕਿਰਤ ਕਰ, ਵਾਹਿਗੁਰੂ ਤੇਰੇ ਚੇਤੇ 'ਚ ਵਸਿਆ ਰਵੇ। ਹਾਂਜੀ ਚੀਤ ਨਿਰੰਤਰ ਪ੍ਰੀਤ ਵਧੀ ਮੁਝ ਹੇਰਤ ਹੋਵਤ ਚੈਨਾ। ਅਤੇ ਪਤਾ ਭਾਈ ਲਾਲੋ ਜੀ ਕੀ ਕਹਿੰਦੇ, ਮਹਾਰਾਜ ਖਲੋਤੇ ਹੈ, ਭਾਈ ਮਰਦਾਨਾ ਜੀ ਨਾਲ ਹੈ ਅਤੇ ਭਾਈ ਲਾਲੋ ਜੀ ਹੱਥ ਜੋੜ ਕੇ ਖਲੋਤੇ, ਕਹਿੰਦੇ ਮਹਾਰਾਜ ਮੈਨੂੰ ਨਹੀਂ ਪਤਾ ਤੁਸੀਂ ਕੌਣ ਹੋ, ਪਰ ਤੁਹਾਨੂੰ ਜਿਉਂ ਜਿਉਂ ਵੇਖਣ ਦਿਆਂ ਤਿਉਂ ਤਿਉਂ ਠੰਡ ਪਈ ਜਾਂਦੀ ਹੈ। ਹੁਣ ਤੁਸੀਂ ਸੁਰਤ ਕਰਕੇ ਕਿਤੇ ਮਹਿਸੂਸ ਕਰੋ ਵੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਿੱਡੇ ਸੋਹਣੇ ਹੋਣਗੇ ਜੀ, ਚਿਹਰੇ 'ਤੇ ਕਿੰਨਾ ਨੂਰ ਹੋਏਗਾ ਜੀ, ਕਿੰਨੇ ਸੁੰਦਰ ਸਰੂਪ ਹੋਏਗਾ ਮਹਾਰਾਜ ਦਾ, ਕੈਸਾ ਜਲਾਲ ਹੋਏਗਾ। ਭਾਈ ਲਾਲੋ ਜੀ ਕਹਿੰਦੇ ਵੀ ਮੇਰੇ ਅੰਦਰ ਠੰਡ ਪਈ ਹੈ ਅਤੇ ਜਿਉਂ ਜਿਉਂ ਤੁਹਾਡੇ ਦਰਸ਼ਨ ਕਰਨ ਆ ਪਿਆਰ ਵਧੀ ਜਾਣ ਦਿਆ ਅੰਦਰੋਂ। ਹਾਂਜੀ ਕਹਿ ਨਾਨਕ ਪਰਦੇਸੀ ਹਮ ਹੈ ਨਹੀਂ ਨਿਕੇ ਤੰਗ ਨੇਰਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿੰਦੇ ਭਾਈ ਅਸੀਂ ਪਰਦੇਸੀ ਹਾਂ, ਪਰਦੇਸੀ ਇਸ ਦੇਸ਼ ਦੇ ਨਹੀਂ ਹੈਗੇ ਅਤੇ ਨਾ ਹੀ ਇੱਥੇ ਸਾਡਾ ਕੋਈ ਘਰ ਬਾਹਰ ਹੈਗਾ। ਹਾਂਜੀ ਲਖੋ ਬੇਸ ਪਰਦੇਸ ਹਮਾਰੋ ਦੇਸ ਬਦੇਸਨ ਹੇਰਾ। ਲਖੋ ਬੇਸ ਦਰਵੇਸ਼ ਹਮਾਰੋ, ਅਤੇ ਜਿਹੜਾ ਸਾਡਾ ਬੇਸ ਹੈ ਦਰਵੇਸ਼ਾਂ ਵਾਲਾ ਸਮਝ ਲਾ, ਫਕੀਰਾਂ ਵਾਲਾ ਸਮਝ ਲਾ, ਸਾਡਾ ਇੱਥੇ ਕੋਈ ਥਾਂ ਟਿਕਾਣਾ ਨਹੀਂ ਹੈਗਾ। ਹਾਂਜੀ ਛਪਿਆ ਦਰਸ਼ਨ ਪਰਸਤ ਮਿਟਤ ਕੁਲਖ ਸ਼ੁਭ ਬਦਨ ਬਿਰਾਜ ਹੈ। ਗੱਜ ਕੇ ਆਖੋ ਵਾਹਿਗੁਰੂ। ਦਰਸ਼ਨ ਪਰਸਤ ਮਿਟਤ ਕੁਲਖ ਸ਼ੁਭ ਬਦਨ ਬਿਰਾਜ ਹੈ। ਹੁਣ ਪਤਾ ਕੀ ਕਰਨ ਦੇ ਜੀ ਭਾਈ ਲਾਲੋ ਜੀ, ਜਦੋਂ ਮਹਾਰਾਜ ਨੇ ਕਿਹਾ ਨਾ ਵੀ ਸਾਡਾ ਇੱਥੇ ਨੇੜੇ ਤੇੜੇ ਕੋਈ ਨਹੀਂ ਹੈਗਾ, ਸਾਨੂੰ ਫਕੀਰ ਸਮਝ ਲਾ, ਅਤੇ ਭਾਈ ਲਾਲੋ ਜੀ ਕਹਿੰਦੇ ਮਹਾਰਾਜ ਫਕੀਰ ਵੀ ਇਹੋ ਜਿਹੇ ਨਹੀਂ ਹੁੰਦੇ, ਤੁਹਾਡੇ ਤਾਂ ਦਰਸ਼ਨ ਕਰਕੇ ਹੀ ਭੁੱਖ ਉਤਰਨ ਦੀ ਹੈ, ਤੁਹਾਡੇ ਦਰਸ਼ਨ ਕਰਕੇ ਤਾਂ ਮੈਨੂੰ ਇੰਜ ਮਹਿਸੂਸ ਹੋਣ ਦਿਆ ਹੈ ਜਿਵੇਂ ਮੇਰੇ ਪਾਪ ਮੁੱਕ ਗਏ ਹੋਣ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਜਦੋਂ ਬੰਦਗੀ ਵਾਲੇ ਪੁਰਸ਼ਾਂ ਦੇ ਦਰਸ਼ਨ ਕਰੀਏ ਬੰਦੇ ਦੇ ਪੁੰਨਾਂ 'ਚ ਵਾਧਾ ਹੋ ਜਾਂਦਾ ਹੈ ਜੀ, ਪੁੰਨ ਬਣਦੇ ਹੈ, ਰੱਬ ਦੇ ਪਿਆਰਿਆਂ ਨੂੰ ਵੇਖਿਆ, ਕਰਨਾ ਕੁਝ ਨਹੀਂ ਵੇਖਣਾ ਹੀ ਹੈ, ਬਸ ਦਰਸ਼ਨ ਕਰਨੇ ਉਹਨਾਂ ਦੇ, ਅਤੇ ਦਰਸ਼ਨ ਕਰਕੇ ਬੰਦੇ ਦੇ ਪੁੰਨਾਂ 'ਚ ਵਾਧਾ ਹੋਣ ਲੱਗ ਪੈਂਦਾ ਜੀ। ਭਾਈ ਲਾਲੋ ਜੀ ਕਹਿੰਦੇ ਮਹਾਰਾਜ ਤੁਹਾਨੂੰ ਦਰਸ਼ਨ ਕਰਕੇ ਤਾਂ ਮੈਨੂੰ ਇੰਝ ਲੱਗਣ ਦਿਆ ਜਿਵੇਂ ਮੇਰੇ ਪਾਪ ਦੂਰ ਹੁੰਦੇ। ਹਾਂਜੀ ਜਨਮ ਮਰਨ ਭਵ ਮਦ ਨਸ਼ਟ ਕਰ ਤਮ ਤਨ ਛਾਜੇ ਹੈ। ਮਹਾਰਾਜ ਸੱਚੇ ਪਾਤਸ਼ਾਹ ਸੰਸਾਰ ਵਿੱਚ ਜਨਮ ਮਰਨ ਨਸ਼ਟ ਕਰਨ ਵਾਲੇ ਤੁਸੀਂ ਲੱਗਣ ਦੇ, ਹੁਣ ਇਹ ਕੌਣ ਦੱਸਣ ਦਿਆ ਜੀ ਭਾਈ ਲਾਲੋ ਨੂੰ? ਭਾਈ ਲਾਲੋ ਜੀ ਹਵਾ 'ਚ ਨਹੀਂ ਗੱਲਾਂ ਕਰਨ ਦੇ, ਨਾ ਹੀ ਕਦੀ ਗੁਰੂ ਨਾਨਕ ਸਾਹਿਬ ਨੂੰ ਮਿਲੇ ਆ ਪਹਿਲਾਂ, ਨਾ ਹੀ ਮਹਾਰਾਜ ਦਾ ਨਾਮ ਪਤਾ, ਪਰ ਤਾਰੀਫ ਕਰੀ ਜਾਂਦੇ ਅਤੇ ਗੱਲਾਂ ਸਾਰੀਆਂ ਹੀ ਸੱਚੀਆਂ। ਮਹਾਰਾਜ ਮੈਨੂੰ ਤਾਂ ਇੰਝ ਲੱਗਦਾ ਵੀ ਤੁਸੀਂ ਜਿਹਦੇ 'ਤੇ ਕਿਰਪਾ ਕਰ ਦਿਓ ਉਹਦਾ ਜਨਮ ਮਰਨ ਦੂਰ ਹੋ ਸਕਦਾ ਹੈ।
ਹਾਂਜੀ ਹਮ ਸਮ ਨਰ ਅਗ ਕਰਤ ਤਿਨੇ ਅਪਵਰਗ ਉਦਾਰ ਹੈ। ਇੰਜ ਲੱਗਦਾ ਜਿਵੇਂ ਸਾਡੇ ਵਰਗੇ ਬੰਦੇ ਪਾਪ ਕਰਦੇ ਹੈ ਅਤੇ ਮਹਾਰਾਜ ਤੁਸੀਂ ਉਹਨਾਂ ਦਾ ਉਦਾਰ ਕਰਨਾ ਹੈ। ਪਤਾ ਨਹੀਂ ਮਹਾਰਾਜ ਚਿੱਤ ਨੂੰ ਠੰਡ ਪੈ ਰਹੀ ਹੈ। ਹਾਂਜੀ ਉਪਜਤ ਸੁਖ ਔਰ ਮਦ ਸੁਨਤ ਹਉ ਬਚਨ ਤਿਹਾਰ। ਜਦੋਂ ਦੇ ਤੁਸੀਂ ਆਏ ਹੋ ਬੋਲ ਤੇ ਬੜੇ ਥੋੜੇ ਬੋਲੇ ਹੈ, ਪਰ ਮਹਾਰਾਜ ਤੁਹਾਡੀ ਆਵਾਜ਼ ਸੁਣ ਕੇ ਮਨ ਬੜਾ ਹੀ ਠੰਡਾ ਹੋ ਰਿਹਾ, ਮਨ ਬੜਾ ਠੰਡਾ ਹੋ ਰਿਹਾ, ਮੇਰੇ ਮਨ ਨੂੰ ਸੁੱਖ ਮਿਲ ਰਿਹਾ। ਗੱਜ ਕੇ ਆਖੋ ਵਾਹਿਗੁਰੂ। ਹਾਂਜੀ ਸੁਖ ਕੰਦ ਮੁਕੰਦ ਸੋ ਸੰਤ ਹੋ ਨਾਮ ਉਚਾਰਨ ਨਿਜ ਕਰੋ। ਹੇ ਸੰਤ ਜੀ ਕਿਰਪਾ ਕਰੋ ਅਤੇ ਆਪਣਾ ਨਾਮ ਵੀ ਦੱਸ ਦਿਓ ਵੀ ਤੁਹਾਡਾ ਨਾਮ ਕੀ ਹੈ। ਹਾਂਜੀ ਤੁਮ ਚਰਨ ਸ਼ਰਨ ਮਨ ਪਰਮ ਮਮ ਕਰੁਣਾ ਕਰ ਕਰੁਣਾ ਟਰੋ। ਕਮਾਲ ਦੀ ਗੱਲ ਇਹ ਹੈ ਭਾਈ ਲਾਲੋ ਜਿਹਨੂੰ ਅਜੇ ਨਾ ਮਹਾਰਾਜ ਨੇ ਆਪਣਾ ਨਾਮ ਦੱਸਿਆ ਨਾ ਕੋਈ ਉਪਦੇਸ਼ ਦਿੱਤਾ, ਪਰ ਭਾਈ ਲਾਲੋ ਜੇ ਪਹਿਲੇ ਦਿਨ ਹੀ ਕਹਿੰਦੇ ਮਹਾਰਾਜ ਮੈਨੂੰ ਆਪਣੀ ਸ਼ਰਨ 'ਚ ਸਮਝ ਲਓ, ਅੱਜ ਤੋਂ ਬਾਅਦ ਮੈਂ ਤੁਹਾਡਾ ਹਾਂ। ਗੱਜ ਕੇ ਆਖੋ ਵਾਹਿਗੁਰੂ। ਵੇਖੋ ਜਿਹਨਾਂ 'ਤੇ ਧੁਰੋਂ ਕਿਰਪਾ ਹੋਣੀ ਜੀ, ਜਿਹਨਾਂ 'ਤੇ ਧੁਰੋਂ ਕਿਰਪਾ ਹੋਣੀ। ਭਾਈ ਲਾਲੋ ਜੀ ਨੇ ਪਹਿਲੇ ਦਿਨ ਕੋਈ ਗੱਲਬਾਤ ਵੀ ਨਹੀਂ ਜੀ ਅਜੇ, ਉਸੇ ਦਿਨ ਹੀ ਕਹਿ ਦਿੱਤਾ ਮਹਾਰਾਜ ਮੈਂ ਤੁਹਾਡਾ ਹਾਂ, ਕਹਿੰਦੇ ਮੈਨੂੰ ਆਪਣੀ ਸ਼ਰਨ 'ਚ ਸਮਝੋ ਅਤੇ ਕਿਰਪਾ ਕਰਕੇ ਨਾਮ ਦੱਸ ਦਿਓ। ਹਾਂਜੀ ਦੋਹਰਾ ਬੋਲੇ ਸ਼੍ਰੀ ਮੁਖ ਸੋ ਬਚਨ ਜਾਣ ਜਾਹੋਗੇ ਆਪ। ਹਾਂ ਮਹਾਰਾਜ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਭਾਈ ਲਾਲੋ ਨੂੰ ਕਹਿੰਦੇ, ਮਹਾਰਾਜ ਕਹਿੰਦੇ ਭਾਈ ਸਾਡਾ ਨਾਮ ਤੈਨੂੰ ਆਪੇ ਹੀ ਪਤਾ ਲੱਗ ਜਾਣਾ। ਗੱਜ ਕੇ ਆਖੋ ਵਾਹਿਗੁਰੂ। ਆਪੇ ਹੀ ਪਤਾ ਲੱਗ ਜਾਣਾ ਤੈਨੂੰ ਸਾਡਾ ਨਾਮ। ਅਬ ਬੈਸ ਹੋ ਕ੍ਰਿਤ ਕੋ ਕਰੋ ਹਰ ਹਰ ਜਪੀਏ ਜਾਪ। ਬਹਿ ਮਹਾਰਾਜ ਕਹਿੰਦੇ ਪਰਮੇਸ਼ਰ ਦਾ ਨਾਮ ਲੈ ਅਤੇ ਆਪਣਾ ਕੰਮ ਕਰ, ਜਿਹੜਾ ਕੰਮ ਕਰਦੇ ਸਨ ਲੱਕੜਾਂ ਦਾ। ਮਹਾਰਾਜ ਕਹਿੰਦੇ ਭਾਈ ਲਾਲੋ ਵਾਹਿਗੁਰੂ ਨਾਮ ਤਾਂ ਨਹੀਂ ਅਜੇ ਲਿਆ। ਮਹਾਰਾਜ ਕਹਿੰਦੇ ਭਾਈ ਆਪਣਾ ਕੰਮ ਕਰ ਅਤੇ ਨਾਮ ਜਪ। ਹੁਣ ਵੇਖੋ ਮਹਾਰਾਜ ਨੇ ਕਿਹਾ ਨਾ ਵੀ ਤੈਨੂੰ ਆਪੇ ਹੀ ਪਤਾ ਲੱਗ ਜਾਣਾ ਸਾਡਾ ਨਾਮ, ਅਤੇ ਜਦੋਂ ਕਿਹਾ ਬਸ ਉਸੇ ਵੇਲੇ ਭਾਈ ਲਾਲੋ ਨੂੰ ਪਤਾ ਲੱਗਿਆ ਵੀ ਇਹਨਾਂ ਦਾ ਨਾਮ ਕੀ ਹੈ ਜੀ, ਉਸੇ ਵੇਲੇ ਜੀ ਸੁਣਿਓ ਧਿਆਨ ਨਾਲ। ਹਾਂਜੀ ਦਵਈਆ ਛੰਦ ਪ੍ਰਗਟਿਓ ਤਪਾ ਏਕ ਸ਼੍ਰੀ ਨਾਨਕ ਭਾਸਤ ਹੋ ਤੁਮ ਸੋ। ਗੱਜ ਕੇ ਆਖੋ ਵਾਹਿਗੁਰੂ। ਇੰਜ ਨਹੀਂ ਗੱਜ ਕੇ ਵਾਹਿਗੁਰੂ। ਅਤੇ ਭਾਈ ਲਾਲੋ ਜੀ ਕਹਿੰਦੇ ਮਹਾਰਾਜ ਇੱਕ ਤਪਾ ਤਪੀਸ਼ਰ ਪ੍ਰਗਟ ਹੋਏ ਹੈ, ਬੜਾ ਉਹਨਾਂ ਦਾ ਜਸ ਹੈ, ਉਹਨਾਂ ਦਾ ਨਾਮ ਨਾਨਕ ਦੇਵ ਹੈ, ਅਤੇ ਤੁਸੀਂ ਉਹੋ ਹੀ ਤਾਂ ਨਹੀਂ ਕਿਤੇ? ਗੱਜ ਕੇ ਆਖੋ ਵਾਹਿਗੁਰੂ। ਵੇਖ ਲਓ ਮਹਾਰਾਜ ਨੇ ਕਿਹਾ ਸੀ ਨਾ ਤੈਨੂੰ ਆਪੇ ਹੀ ਪਤਾ ਲੱਗ ਜਾਣਾ, ਅਤੇ ਬਸ ਫਿਰ ਪਤਾ ਲੱਗ ਗਿਆ ਜੀ, ਕਿਰਪਾ ਕਰਤੀ। ਜੇ ਗੁਰੂ ਸਾਹਿਬ ਨੂੰ ਕਿਸੇ ਦਾ ਨਾਮ ਪੁੱਛਣ ਦੀ ਲੋੜ ਨਹੀਂ ਨਾ ਹੈਗੀ, ਅਤੇ ਜਿਨ੍ਹਾਂ 'ਤੇ ਗੁਰੂ ਮਿਹਰ ਕਰਦੇ ਉਹਨਾਂ ਨੂੰ ਵੀ ਪੁੱਛਣ ਦੀ ਲੋੜ ਨਹੀਂ, ਉਹਨਾਂ ਨੂੰ ਵੀ ਆਪੇ ਹੀ ਪਤਾ ਲੱਗ ਜਾਂਦਾ ਹੈ ਜੀ। ਭਾਈ ਮਨਸੁਖ ਦਾ ਥੋੜ੍ਹੀ ਪੁੱਛਿਆ ਸੀ ਮਹਾਰਾਜ, ਉਹਨੇ ਫੁਰਨਾ ਬਣਾਇਆ ਸੀ ਵੀ ਮੇਰਾ ਨਾਮ ਆਪ ਦੱਸਣਾ ਹੈ, ਅਤੇ ਮਹਾਰਾਜ ਕਹਿੰਦੇ ਮਨ ਸੁਖ ਨਾਮ 'ਤੇ ਰੱਖਿਆ, ਮਨ ਨੂੰ ਕਦੀ ਸੁੱਖ ਵੀ ਮਿਲਿਆ? ਅਤੇ ਭਾਈ ਲਾਲੋ ਨੂੰ ਕਹਿੰਦੇ ਆਪੇ ਹੀ ਪਤਾ ਲੱਗ ਜਾਣਾ, ਅਤੇ ਭਾਈ ਲਾਲੋ ਜੀ ਕਹਿੰਦੇ ਤੁਸੀਂ ਉਹ ਨਾਨਕ ਤਪਾ ਜੀ ਤਾਂ ਨਹੀਂ ਹੈਗੇ? ਹਾਂਜੀ ਮਹਿ ਸਮਾਨ ਰਾਵਰ ਕੋ ਦਿਸ ਹੈ ਖੋਜੋ ਦਸ ਦਿਸ ਜੋ। ਕਿਉਂ ਮੈਂ ਦਸਾਂ ਦਿਸ਼ਾਵਾਂ ਵਿੱਚ ਵੀ ਘੁੰਮ ਫਿਰ ਲਵਾਂ, ਭਾਵ ਹਰ ਪਾਸੇ ਤੁਰ ਫਿਰ ਲਵਾਂ, ਤੁਹਾਡੇ ਵਰਗਾ ਸੁੰਦਰ ਸਰੂਪ ਅਤੇ ਤੁਹਾਡੇ ਵਰਗਾ ਪੁਰਖ ਨਹੀਂ ਮੈਨੂੰ ਕੋਈ ਲੱਭਣਾ, ਤੁਹਾਡਾ ਰੂਪ ਵੇਖ ਕੇ ਲੱਗ ਰਿਹਾ। ਹਾਂਜੀ ਤਦਪ ਬੀ ਤੁਮਰੇ ਬਿਨ ਭਾਖੇ ਨਹਿ ਅਵਤਹਿ ਪ੍ਰਤੀ ਤੂ। ਅਤੇ ਭਾਈ ਲਾਲੋ ਜੀ ਕਹਿੰਦੇ ਫਿਰ ਵੀ ਮਹਾਰਾਜ ਤੁਹਾਨੂੰ ਦੱਸਣਾ ਤਾਂ ਪੈਣਾ ਹੀ ਹੈ, ਜਿੰਨਾ ਚਿਰ ਤੁਸੀਂ ਦੱਸੋਗੇ ਨਾ ਮੈਨੂੰ ਭਰੋਸਾ ਕਿਵੇਂ ਹੋਏਗਾ, ਮੈਨੂੰ ਤਾਂ ਤੁਸੀਂ ਉਹੋ ਹੀ ਲੱਗਦੇ ਹੋ, ਕਿਉਂ ਜੋ ਮੈਂ ਉਹਨਾਂ ਦੀ ਸਿਫਤ ਸੁਣੀ ਉਹ ਸਾਰੇ ਗੁਣ ਤੁਹਾਡੇ ਵਿੱਚ ਨੇ। ਹਾਂਜੀ ਕਹਿ ਮਰਦਾਨਾ ਜਾਨ ਹੋ ਸੋ ਰਾਖੋ ਸ਼ਰਧਾ ਚੀਤੂ। ਗੱਜ ਕੇ ਆਖੋ ਵਾਹਿਗੁਰੂ। ਅਤੇ ਭਾਈ ਮਰਦਾਨਾ ਜੀ ਫਿਰ ਲਾਗੋਂ ਬੋਲੇ, ਬਹੁਤ ਇਤਿਹਾਸ 'ਚ ਆਉਂਦਾ ਗੁਰੂ ਨਾਨਕ ਸਾਹਿਬ ਨੇ ਆਪਣਾ ਨਾਮ ਘੱਟ ਹੀ ਦੱਸਿਆ, ਭਾਈ ਮਰਦਾਨਾ ਜੀ ਲਾਗੋਂ ਦੱਸਦੇ ਰਹੇ ਜੀ।
ਭਾਈ ਮਰਦਾਨਾ ਜੀ ਕਹਿੰਦੇ, ਭਾਈ ਜੋ ਤੂੰ ਕਹਿ ਰਿਹਾ, ਜਿਨ੍ਹਾਂ ਬਾਰੇ ਕਹਿ ਰਿਹਾ ਇਹੋ ਹੀ ਨੇ, ਇਹਨਾਂ ਨੂੰ ਹੀ ਸਮਝ। ਹਾਂਜੀ, ਸ਼ੰਕਰ ਛੰਦ ਸੁਣ ਕਰ ਕਹਿਤ ਭਇਓ ਬਚ ਲਾਲੋ, ਕੌਣ ਵਰਨ ਤਵ ਨਾਮ। ਅਤੇ ਭਾਈ ਲਾਲੋ ਜੀ ਭਾਈ ਮਰਦਾਨੇ ਨੂੰ ਪੁੱਛਣ ਲੱਗ ਪਏ ਵੀ ਭਾਈ ਤੂੰ ਕੌਣ ਹੈ, ਤੇਰਾ ਕੀ ਨਾਮ ਹੈ। ਹਾਂਜੀ, ਸਰਬ ਬਿਰਤਾਂਤ ਜਨਾਬ ਉਹ ਆਪਣਾ ਕਿਹੇ ਅਸਥਾਨੰਗ ਧਾਮ। ਅਤੇ ਕਿਸ ਥਾਂ ਤੋਂ ਤੂੰ ਆਇਆ, ਪਹਿਲਾਂ ਭਾਈ ਤੁਸੀਂ ਦੱਸੋ ਤੁਸੀਂ ਕੌਣ, ਅਤੇ ਆਪਣਾ ਨਾਮ ਦੱਸੋ, ਆਪਣਾ ਘਰ ਬਾਰ ਦੱਸੋ। ਹਾਂਜੀ, ਮਰਦਾਨਾ ਲੱਖ ਨਾਮ ਹਮਾਰਾ ਵਿਚਰਤ ਇਨਕੇ ਸਾਥ। ਗੱਜ ਕੇ ਆਖੋ ਵਾਹਿਗੁਰੂ। ਭਾਈ ਮਰਦਾਨਾ ਜੀ ਕਹਿੰਦੇ, ਜੀ ਮੇਰਾ ਨਾਮ ਮਰਦਾਨਾ, ਅਤੇ ਮਹਾਰਾਜ ਵੱਲ ਇਸ਼ਾਰਾ ਕਰਕੇ ਕਹਿੰਦੇ ਮੈਂ ਇਹਨਾਂ ਦੇ ਨਾਲ ਰਹਿ ਰਿਹਾ ਰਾਤ ਦੇਣ। ਹਾਂਜੀ, ਬੇਦੀ ਕੁਲ ਕੋ ਚੀਨ ਮਰਾਸੀ ਨਾਨਕ ਜੀ ਮਮ ਨਾ। ਮੈਂ ਬੇਦੀ ਕੁਲ ਦਾ ਮਰਾਸੀ ਹਾਂ, ਡੂਮ ਹਾਂ, ਇਹ ਮੇਰੇ ਮਾਲਕ ਨੇ, ਇਹਨਾਂ ਦਾ ਨਾਮ ਹੈ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਸ੍ਰੀ ਗੁਰੂ ਨਾਨਕ ਦੇਵ ਸਾਹਿਬ। ਸੰਗਤ ਜੀ, ਇੰਜ ਗੱਲ ਨਹੀਂ ਬਣਨੀ, ਗੁਰੂ ਦਾ ਨਾਮ ਲੈਣਾ ਗੱਜ ਕੇ ਲੈਣਾ ਚਾਹੀਦਾ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਹਾਂ, ਜਿਵੇਂ ਭਾਈ ਮਰਦਾਨਾ ਦੀ ਖੁਸ਼ੀ ਨਾਲ ਕਹਿੰਦੇ ਨਾ ਵੀ ਇਹ ਨੇ ਮੇਰੇ ਮਾਲਕ, ਮੇਰੇ ਸਭ ਕੁਝ ਇਹਨੇ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਗੱਜ ਕੇ ਆਖੋ ਸਾਰੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਹਾਂਜੀ, ਦਵਈਆ ਛੰਦ ਬੰਦ ਉਬੇ ਕਰ ਬੰਧਨ ਕੀਨੀ ਸੁਣ ਕਰ ਲਾਲੋ ਤਬ ਹੀ। ਬਸ ਫਿਰ ਭਾਈ ਲਾਲੋ ਜੀ ਨੂੰ ਸੱਚ ਦਾ ਪਤਾ ਲੱਗ ਗਿਆ, ਹੱਥ ਜੋੜੇ ਅਤੇ ਫਿਰ ਧਰਤੀ 'ਤੇ ਰੱਖ ਕੇ ਮੱਥਾ ਟੇਕਿਆ। ਪਿਆਰਿਓ, ਮੱਥਾ ਤਾਂ ਉਰੋਂ ਵੀ ਟੇਕਤਾ ਸੀ ਜਦੋਂ ਪਹਿਲੀ ਵਾਰੀ ਦਰਸ਼ਨ ਕੀਤੇ ਮਹਾਰਾਜ ਦੇ ਜੀ, ਕੁਝ ਸਮਾਂ ਪਹਿਲਾਂ ਹੀ ਟੇਕਿਆ ਸੀ ਹੁਣੇ, ਪਰ ਹੁਣ ਪਤਾ ਲੱਗ ਗਿਆ ਨਾ, ਹੁਣ ਫਿਰ ਮੱਥਾ ਟੇਕਿਆ ਅਤੇ ਆਪਾਂ ਵੀ ਟੇਕੀਏ। ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਧੰਨ ਸ਼੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਹਾਂਜੀ, ਸੀਸ ਧਰਿਓ ਪਦ ਪੰਕਜ ਉੱਪਰ ਪ੍ਰਾਪਤ ਨਿਸ਼ਚਾ ਜਬ ਹੀ। ਨਿਸ਼ਚਾ ਹੋ ਗਿਆ ਮਹਾਰਾਜ ਦੇ ਚਰਨ 'ਤੇ ਭਾਈ ਲਾਲੋ ਜੀ ਨੇ ਸਿਰ ਰੱਖਿਆ। ਹਾਂਜੀ, ਸਾਦਰ ਸੋ ਤਬ ਮੰਚ ਡਸਾਵਾ ਬੈਸ ਗਏ ਤਿਹ ਕਾਲਾ। ਮੱਥਾ ਟੇਕ ਕੇ ਫਿਰ ਮੰਜਾ ਡਾਇਆ ਜੀ, ਬੜੇ ਸਤਿਕਾਰ ਨਾਲ ਮਹਾਰਾਜ ਨੂੰ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬੈਠੋ, ਅਤੇ ਮਹਾਰਾਜ ਸੱਚੇ ਪਾਤਸ਼ਾਹ ਮੰਜੇ 'ਤੇ ਬੈਠ ਗਏ। ਧੰਨ ਗੁਰੂ ਨਾਨਕ ਸਾਹਿਬ ਜੀ ਭਾਈ ਲਾਲੋ ਜੀ ਦੇ ਕੋਲ। ਹਾਂਜੀ, ਸੁਖ ਸਾਗਰ ਪੂਰਨ ਜਗਦੀਸ਼ਾ ਦਾਸਹਿ ਕਰਨ ਨਿਹਾਲਾ। ਸੁੱਖਾਂ ਦੇ ਸਾਗਰ ਪੂਰਨ ਪਾਰ ਬ੍ਰਹਮ ਪਰਮੇਸ਼ਰ ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਲਾਲੋ ਦੇ ਘਰ ਉਹਦੇ ਮੰਜੇ 'ਤੇ ਬੈਠ ਗਏ ਜੀ। ਹਾਂਜੀ, ਆਇਸ ਪਾਈ ਅਸਨ ਕਰ ਬੇਹਿਤ ਗਵਨਿਓ ਲਾਲੋ ਤਬ ਹੀ। ਅਤੇ ਭਾਈ ਲਾਲੋ ਜੀ ਆਗਿਆ ਲੈ ਕੇ ਸੰਗਤ ਦੀ ਭੋਜਨ ਤਿਆਰ ਕਰਾਉਣ ਲੱਗ ਪਏ ਮਹਾਰਾਜ ਵਾਸਤੇ। ਹਾਂਜੀ, ਬੂਜਤ ਭਾ ਮਰਦਾਨਾ ਬਹੁਰੋ ਹਮਸੋ ਕਹੀਏ ਸਭ ਹੀ। ਹਾਂਜੀ, ਕੌਣ ਇਹ ਮਾਨਵ ਸਵਾਮੀ ਜਿਹ ਪਰ ਕਰੁਣਾ ਕੀਨੀ। ਅਤੇ ਭਾਈ ਮਰਦਾਨਾ ਜੀ ਫਿਰ ਪੁੱਛਦੇ, ਜਦੋਂ ਮਹਾਰਾਜ ਰਹਿ ਜਾਂਦੇ ਅਤੇ ਭਾਈ ਮਰਦਾਨਾ ਜੀ ਇਕੱਲੇ ਹੁੰਦੇ ਆ ਕੋਲ, ਅਤੇ ਭਾਈ ਮਰਦਾਨਾ ਜੀ ਪੁੱਛਦੇ ਵੀ ਮਹਾਰਾਜ ਕੌਣ ਹੈ ਬੰਦਾ ਜਿਹਨੂੰ ਮਿਲਣ ਵਾਸਤੇ ਤੁਸੀਂ ਉਚੇਚਾ ਆਏ ਹੋ, ਇਹਦਾ ਸੁਭਾਅ ਬੜਾ ਵਧੀਆ ਹੈ, ਇਹਦੇ 'ਤੇ ਇੰਨੀ ਕਿਰਪਾ ਕੀਤੀ ਤੁਸਾਂ, ਇਹ ਕੌਣ ਹੈ। ਹਾਂਜੀ, ਭਾਗ ਵੱਡੇ ਇਹ ਦਿਸੈ ਮੋਕੋ ਬੁੱਧ ਭਗਤ ਮੈਂ ਪੀਨੀ। ਮੈਨੂੰ ਤਾਂ ਵਿਖਣਦਾ ਵੀ ਇਹਦੇ ਬੜੇ ਵੱਡੇ ਭਾਗ ਨੇ, ਬੜੇ ਵੱਡੇ ਭਾਗ ਨੇ ਮੇਰੀ। ਮੈਨੂੰ ਇਉਂ ਲੱਗਦਾ ਜਿਵੇਂ ਇਹਦੀ ਬੁੱਧੀ ਭਗਤੀ ਨਾ ਭਿੱਜੀ ਹੁੰਦੀ ਹੈ। ਮਹਾਰਾਜ ਇਹ ਕੌਣ ਹੈ। ਹਾਂਜੀ, ਸੁਣ ਕਰ ਬਚਨ ਉਚਾਰੇ ਸ਼੍ਰੀ ਮੁਖ ਚੀਨਹੋ ਸੰਤ ਸਰੂਪਾ। ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਅੱਜ ਜਿਹੜੇ ਕਹਿੰਦੇ ਸੰਤ ਸ਼ਬਦ ਹੋਣ ਹੀ ਚੱਲਿਆ, ਸੰਤ ਸ਼ਬਦ ਪੁਰਾਤਨ ਹੈ, ਅਤੇ ਮਹਾਰਾਜ ਨੇ ਬਾਣੀ ਦੇ ਵਿੱਚ ਕਿੰਨੀ ਵਾਰੀ ਲਿਖਿਆ ਅਤੇ ਸਿੱਖਾਂ ਦੀ ਅਵਸਥਾ ਸੰਤਾਂ ਵਾਲੀ ਹੋਈ ਹੈ। ਮਹਾਰਾਜ ਕਹਿੰਦੇ ਮਰਦਾਨਿਆ ਇਹ ਸੰਤ ਸਰੂਪ ਹੈ, ਸੰਤ ਸਰੂਪ ਇਹ ਸੰਤੀ ਹੈ ਮਹਾਰਾਜ ਕਹਿੰਦੇ। ਹਾਂਜੀ, ਭਗਤ ਕਰਤ ਬੀਤੇ ਕੁਛ ਜਨਮਾ ਅਬ ਹੀ ਸਫਲ ਅਨੂਪਾ। ਅਤੇ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਹੈ ਮਰਦਾਨਿਆ ਇਹ ਜਿਹਦੇ ਘਰ ਵਿੱਚ ਅਸੀਂ ਆਏ ਹਾਂ, ਕਈ ਜਨਮ ਹੋ ਗਏ ਇਹਨੂੰ ਭਗਤੀ ਕਰਦੇ ਹਾਂ। ਗੱਜ ਕੇ ਆਖੋ ਵਾਹਿਗੁਰੂ। ਪਿਆਰਿਓ, ਜਿਹੜੇ ਭਗਤੀ ਕਰਨ ਦੇ ਸਨ ਅਜੇ ਤੱਕ ਫਲ ਨਹੀਂ ਸੀ ਮਿਲਿਆ, ਮਹਾਰਾਜ ਸੱਚੇ ਪਾਤਸ਼ਾਹ ਉਹਨਾਂ ਨੂੰ ਫਲ ਦੇਣ ਆਏ ਆ ਧਰਤੀ 'ਤੇ।
ਮਹਾਰਾਜ ਕਹਿੰਦੇ ਕਈ ਦਿਨ ਹੋ ਗਏ, ਵਾਹਿਗੁਰੂ ਕਈ ਜਨਮ ਹੋ ਗਏ ਸਨ ਇਹਨੂੰ ਭਗਤੀ ਕਰਦਿਆਂ, ਇਸ ਵਾਰ ਇਹਦਾ ਜਨਮ ਸਫਲਾ ਕਰਨਾ। ਮਹਾਰਾਜ ਕਹਿੰਦੇ ਇਹਦੀ ਗੱਲ ਬਣਾਉਣ ਆਏ ਆ। ਹਾਂਜੀ, ਨੌ ਬਿਦ ਭਗਤ ਅਹਿ ਮਰਦਾਨਾ ਜਾਮ ਹੈ ਏਕੋ ਹੋਈ, ਹਾਂਜੀ ਭਵ ਸਾਗਰ ਤਰ ਗਤ ਕੋ ਪਾਵੈ ਨੈ ਲਖ ਸੰਸਾ ਕੋਈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੌ ਤਰ੍ਹਾਂ ਦੀ ਭਗਤੀ ਵਿੱਚੋਂ ਇੱਕ ਤਰ੍ਹਾਂ ਦੀ ਵੀ ਭਗਤੀ ਹੋਵੇ ਨਾ ਕਿਸੇ ਵਿੱਚ, ਉਹ ਸੰਸਾਰ ਤੋਂ ਤਰ ਜਾਂਦਾ ਹੈ। ਨਵਦਾ ਭਗਤੀ ਵਿੱਚੋਂ ਇੱਕ ਭਗਤੀ ਵੀ ਕਿਸੇ ਕੋਲ ਹੋਵੇ ਉਹ ਸੰਸਾਰ 'ਚ ਤਰ ਜਾਂਦਾ, ਸ਼ੱਕ ਕੋਈ ਨਹੀਂ। ਹਾਂਜੀ, ਮਰਦਾਨਾ ਬੂਜਤ ਭਾਤ ਬਹੀ ਸਭ ਬਿਦ ਭਗਤ ਕਹੀ ਜੈ, ਰੱਜ ਕੇ ਆਖੋ ਵਾਹਿਗੁਰੂ। ਭਾਈ ਮਰਦਾਨਾ ਜੀ ਕਹਿੰਦੇ ਮਹਾਰਾਜ ਨੌ ਤਰ੍ਹਾਂ ਦੀ ਭਗਤੀ, ਇਹ ਤਾਂ ਮੈਂ ਕਦੀ ਸੁਣਿਆ ਹੀ ਨਹੀਂ। ਮਹਾਰਾਜ ਕਿਰਪਾ ਕਰੋ ਅਤੇ ਮੈਨੂੰ ਫਿਰ ਨੌ ਤਰ੍ਹਾਂ ਦੀ ਭਗਤੀ ਦੱਸੋ ਵੀ ਨੌ ਤਰ੍ਹਾਂ ਦੀ ਭਗਤੀ ਕਿਹੜੀ ਹੁੰਦੀ ਹੈ। ਹਾਂਜੀ, ਜਿਹ ਕੇ ਕਰਤ ਪਰਮ ਗਤ ਪਾਵੈ ਭਵ ਜਲ ਭਲੇ ਤਰੀਜੈ, ਵੀ ਜਿਹੜੀ ਕੀਤਿਆਂ ਬੰਦਾ ਭਵ ਜਲ ਤੋਂ ਤਰ ਜਾਂਦਾ ਹੈ ਉਹ ਕਿਹੜੀ ਭਗਤੀ ਹੈ ਇਹੋ ਜੀ। ਹਾਂਜੀ, ਸ਼੍ਰੀ ਮੁਖ ਭਨਤ ਭਏ ਤਿਹ ਕਾਲਾ ਸੁਣੀਏ ਭਗਤ ਪ੍ਰਕਾਰਾ। ਮਹਾਰਾਜ ਸੱਚੇ ਪਾਤਸ਼ਾਹ ਕਹਿਣ ਲੱਗੇ ਮਰਦਾਨਿਆ ਫਿਰ ਤੈਨੂੰ ਭਗਤੀ ਦੱਸਣੇ ਨੌ ਤਰੀਕਿਆਂ ਦੀ, ਬੜੇ ਧਿਆਨ ਨਾਲ ਸੁਣੀ। ਆਪ ਜੀ ਵੀ ਸਾਰੇ ਆਪਾਂ ਭਾਵਨਾ ਇਹ ਰੱਖਣੀ ਵੀ ਮਹਾਰਾਜ ਸੱਚੇ ਪਾਤਸ਼ਾਹ ਕੋਲੋਂ ਸੁਣ ਰਹੇ ਹਾਂ। ਹਾਂਜੀ, ਪ੍ਰਿਥਕ ਪ੍ਰਿਥਕ ਹੋ ਭਾਖੋ ਸਭ ਹੀ ਜੇ ਹੈ ਭਗਤ ਆਚਾਰ। ਸੱਚੇ ਪਾਤਸ਼ਾਹ ਗਰੀਬ ਨਿਵਾਜ ਧੰਨ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਕਹਿੰਦੇ ਹੈ, ਮਹਾਰਾਜ ਕਹਿੰਦੇ ਮਰਦਾਨਿਆ ਕੱਲਾ ਕੱਲਾ ਤੈਨੂੰ ਮੈਂ ਭਗਤੀ ਦਾ ਪ੍ਰਕਾਰ ਦੱਸਦਾ ਹੈ। ਹਾਂਜੀ, ਸਤ ਸੰਗਤ ਸ਼ਸ਼ੂਖਾ ਕਰਨੀ ਮਿਲਤ ਹੈ ਕਾਲ ਬਿਤਾਵੈ, ਹਾਂਜੀ ਹਰ ਗੁਰ ਕੋ ਇਤਿਹਾਸ ਸੁਣੀਜੈ ਮਨ ਏਕਾਗਰ ਲਾਵੈ। ਸਤ ਸੰਗਤ ਵਿੱਚ ਜਾਣਾ, ਬੜੇ ਧਿਆਨ ਨਾਲ ਸੁਣਿਓ, ਸਾਵਧਾਨ ਹੋਵੋ, ਗੱਜ ਕੇ ਆਖੋ ਵਾਹਿਗੁਰੂ ਵਾਹਿਗੁਰੂ। ਸੰਗਤ ਵਿੱਚ ਜਾਣਾ, ਸੰਗਤ ਵਿੱਚ ਜਾ ਕੇ ਸੇਵਾ ਕਰਨੀ, ਇਹ ਕੰਮ ਕਰਕੇ ਵੀ ਜਨਮ ਸਫਲਾ ਹੁੰਦਾ। ਮਹਾਰਾਜ ਕਹਿੰਦੇ ਹੁਣ ਇਸ ਇਹੋ ਹੀ ਇੱਕ ਹੀ ਕੰਮ ਬੰਦਾ ਕਰੀ ਜਾਵੇ, ਸੰਗਤ ਵਿੱਚ ਜਾਵੇ, ਆਪਣਾ ਮਾਣ ਹੰਕਾਰ ਛੱਡ ਕੇ ਨਿਮਰਤਾ ਦੇ ਨਾਲ ਸੇਵਾ ਕਰੇ, ਇਹਦੇ ਨਾਲ ਹੀ ਜਨਮ ਸਫਲਾ ਹੋ ਜਾਂਦਾ ਜੀ। ਲਓ ਇੱਕ ਗੱਲ ਹੀ ਕਮਾਉਣ 'ਤੇ ਬੰਦਾ ਜ਼ੋਰ ਲਾ ਦੇ ਸਾਰੀ ਜ਼ਿੰਦਗੀ ਦਾ, ਅਤੇ ਸੰਗਤ ਜੀ ਕਈ ਵਾਰੀ ਇੱਕ ਗੱਲ ਵੀ ਨਹੀਂ ਕਮਾਈ ਜਾਂਦੀ ਜੀ ਬੰਦੇ ਕੋਲੋਂ, ਕੇਵਲ ਇੰਨੀ ਗੱਲ ਦਾ। ਹੁਣ ਸੰਗਤ ਵਿੱਚ ਆਉਣਾ ਬੜੀ ਵੱਡੀ ਗੱਲ ਹੈ, ਫਿਰ ਆ ਕੇ ਹੰਕਾਰ ਛੱਡ ਕੇ ਸੇਵਾ ਕਰਨੀ ਹੋਰ ਵੱਡੀ ਗੱਲ ਹੈ ਜੀ। ਸਤ ਸੰਗਤ ਸ਼ਰੂਖਾ ਕਰਨੀ ਮਿਲ ਕਰ ਕਾਲ ਬਿਤਾਵੈ, ਸੰਗਤ ਵਿੱਚ ਰਹਿਣਾ, ਸੇਵਾ ਕਰਨੀ, ਆਪਣਾ ਜੀਵਨ ਬਤੀਤ ਕਰੇ ਇਸ ਤਰੀਕੇ ਨਾਲ, ਇਹ ਵੀ ਇੱਕ ਭਗਤੀ ਹੈ। ਸਾਰਾ ਜੀਵਨ ਇਸ ਪਾਸੇ ਲਾ ਦੇਵੇ। ਬੜੇ ਸਿੱਖ ਐਸੇ ਹੋਏ ਹੈ, ਕਹੋ ਪ੍ਰੇਮ ਨਾਲ ਵਾਹਿਗੁਰੂ ਵਾਹਿਗੁਰੂ, ਸਾਰਾ ਜੀਵਨ ਇਸ ਪਾਸੇ ਲਾ ਦੇ। ਬਾਬਾ ਮਿਤ ਸਿੰਘ ਜੀ ਹੋਏ ਆ ਨਿਹੰਗ ਸਿੰਘ ਮਹਾਂਪੁਰਖ, ਹਜ਼ੂਰ ਸਾਹਿਬ ਵਾਲੇ ਪਾਸੇ, ਕਹਿੰਦੇ ਉਹਨਾਂ ਗੁਰਮੁਖਾਂ ਨੇ ਸਾਰਾ ਜੀਵਨ ਇਸ ਕੰਮ 'ਚ ਲਾ ਤਾ ਸੀ, ਆਪਣਾ ਸਾਰਾ ਜੀਵਨ ਸੇਵਾ ਕਰਨੀ ਅਤੇ ਸੰਗਤ ਕਰਨੀ ਜੀ। ਮਾਤਾ ਸਾਹਿਬ ਦੇਵਾਂ ਜੀ ਦਾ ਸਥਾਨ ਬਣਾਇਆ ਅਤੇ ਬੜੇ ਪਿਆਰ ਨਾਲ ਸੇਵਾ ਕਰਨੀ, ਆਏ ਗਏ ਦੀ ਸੇਵਾ ਕਰਨੀ, ਪਿਆਰ ਦੇ ਨਾਲ ਗੁਰੂ ਸਾਹਿਬ ਦੀ ਸੇਵਾ ਕਰਨੀ, ਅਸਥਾਨ ਬਣਾਇਆ ਜੀ ਉਹਨਾਂ ਨੇ, ਅਤੇ ਸਾਰਾ ਜੀਵਨ ਹੀ ਇਸ ਪਾਸੇ ਲਾਇਆ, ਸਾਰਾ ਜੀਵਨ ਹੀ ਇਸ ਪਾਸੇ ਜੀ। ਹੁਣ ਬਾਬਾ ਬੁੱਢਾ ਸਾਹਿਬ ਜੀ ਦਾ ਇਤਿਹਾਸ ਸੁਣਦੇ ਹੋ ਤੁਸੀਂ, ਅਤੇ ਸੰਗਤ ਜੀ ਸਾਰਾ ਜੀਵਨ ਹੀ ਇਸ ਪਾਸੇ ਲਾ ਤਾ। ਮਹਾਰਾਜ ਕਹਿੰਦੇ ਹੈ ਮਿਲ ਤਿਹ ਕਾਲ ਬਿਤਾਵੈ, ਇਸ ਤਰੀਕੇ ਨਾਲ ਜੀਵਨ ਦਾ ਸਮਾਂ ਇਸ ਪਾਸੇ ਲਾਵੇ। ਹਰ ਗੁਰ ਕੋ ਇਤਿਹਾਸ ਸੁਣੀਜੈ ਮਨ ਏਕਾਗਰ ਲਾਵੈ, ਇਹ ਵੀ ਫਿਰ ਭਗਤੀ ਆ, ਸ਼ਰਵਣ ਭਗਤੀ। ਇੱਕ ਭਗਤੀ ਆ ਇਹ, ਦੂਜੀ ਇਤਿਹਾਸ ਸੁਣੇ, ਰੱਬ ਦੀ ਕਥਾ ਸੁਣੇ, ਕਿਵੇਂ ਸਾਵਧਾਨ ਹੋ ਗਏ ਤੇ ਇਕਾਗਰਤਾ ਦੇ ਨਾਲ ਗੱਜ ਕੇ ਆਖੋ ਵਾਹਿਗੁਰੂ। ਹਰ ਗੁਰ ਕੋ ਇਤਿਹਾਸ ਸੁਣੀ ਜੈ ਮਨ ਏਕਾਗਰ ਲਾਵੈ। ਮਹਾਰਾਜ ਕਹਿੰਦੇ ਮਰਦਾਨਿਆ ਐ ਮਨ ਏਕਾਗਰ ਕਰਕੇ ਕਥਾ ਸੁਣੇ,
ਇਹ ਵੀ ਭਗਤੀ ਹੈ, ਆਪ ਜੀ ਰੋਜ਼ ਭਗਤੀ ਕਰਦੇ ਹੋ, ਭਗਤੀ ਕਰਦੇ ਹੋ। ਮਹਾਰਾਜ ਨੇ ਰਹਿਤਾਂ ਵਿੱਚ ਇਹ ਵੀ ਰਹਿਤ ਦੱਸੀ ਹੈ। ਦਸਵੇਂ ਪਾਤਸ਼ਾਹ ਜੀ ਦੀ ਜਦੋਂ ਕਥਾ ਹੋ ਰਹੀ ਸੀਗੀ, ਆਇਆ ਸੀ ਨਾ ਬਚਨ ਵੀ ਗੁਰਬਾਣੀ ਦੀ ਅਤੇ ਇਤਿਹਾਸ ਦੀ ਕਥਾ ਜ਼ਰੂਰ ਸੁਣੇ ਸਿੱਖ ਜੀ। ਉਦੋਂ ਕਥਾ 'ਚ ਆਈ ਸੀਗਾ ਤਾਂ ਮਹਾਰਾਜ ਦਾ ਬਚਨ ਹੈ। ਇਹ ਭਗਤੀ ਹੈ ਇੱਕ ਕਥਾ ਸੁਣਨੀ। ਅਤੇ ਮੈਨੂੰ ਦੱਸਣ ਦੇ ਸਨ ਸਿੰਘ ਵਿਦੇਸ਼ਾਂ ਵਿੱਚ ਸੰਗਤਾਂ ਐਂ ਜਦੋਂ ਕਥਾ ਦਾ ਸਮਾਂ ਹੁੰਦਾ ਟੀ ਵੀ ਅੱਗੇ ਜਾ ਕੇ ਬਹਿ ਜਾਂਦੇ, ਕਹਿੰਦੇ ਭਗਤੀ ਹੈ ਇੱਕ ਐਂ, ਕਹਿੰਦੇ ਸਾਰਾ ਪਰਿਵਾਰ ਬਹਿ ਜਾਂਦਾ ਕਥਾ ਸੁਣਦੇ ਮਹਾਰਾਜ ਦੀ। ਮਹਾਰਾਜ ਕਹਿੰਦੇ ਮਰਦਾਨਿਆ ਮਨ ਇਕਾਗਰ ਕਰਕੇ ਕਥਾ ਸੁਣਨੀ, ਇਹ ਵੀ ਇੱਕ ਭਗਤੀ ਹੈ। ਅਤੇ ਦਾਸ ਇੱਕ ਗੁਰਮੁਖ ਦਾ ਬਚਨ ਸੁਣ ਰਿਹਾ ਸੀ, ਕਹਿੰਦੇ ਕਥਾ ਸੁਣਦਿਆਂ ਜਿਹਦਾ ਮਨ ਇਕਾਗਰ ਹੁੰਦਾ ਹੈ ਅਤੇ ਜਾਂ ਜਿਹਦਾ ਇਕਾਗਰ ਨਹੀਂ ਹੁੰਦਾ ਉਹ ਨਾਲ ਨਾਲ ਵਾਹਿਗੁਰੂ 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 ਮਨ ਵਿੱਚ ਜਪਣਾ ਸ਼ੁਰੂ ਹੋ ਜਾਵੇ, ਦੋਹਰਾ ਫਲ ਮਿਲੇਗਾ। ਕਹਿੰਦੇ ਕਥਾ ਸੁਣਨ ਦਾ ਵੀ ਅਤੇ ਨਾਮ ਜਪਣ ਦਾ ਵੀ ਜੀ। ਹਾਂਜੀ। ਪਦ ਅਰ ਬਿੰਦ ਮਲਿੰਦ ਕਰੇ ਮਨ ਗੁਰ ਮੂਰਤ ਉਰ ਧਿਆਨਾ। ਫਿਰ ਕਹਿੰਦੇ ਗੁਰੂ ਦੀ ਮੂਰਤੀ ਨੂੰ ਆਪਣੇ ਧਿਆਨ ਵਿੱਚ ਰੱਖੇ ਅਤੇ ਮੁੱਖ ਨਾਲ ਪ੍ਰੇਮ ਸਹਿਤ ਉਹਦੇ ਗੁਣ ਗਾਵੇ, ਇਹ ਵੀ ਇੱਕ ਭਗਤੀ ਤੀਜੇ ਪ੍ਰਕਾਰ ਦੀ ਗੱਜ ਕੇ ਆਖੋ। ਵਾਹਿਗੁਰੂ। ਪਹਿਲੀ ਭਗਤੀ ਕੀ ਹੈ? ਸੰਗਤ ਵਿੱਚ ਜਾਣਾ, ਸੇਵਾ ਕਰਨੀ ਅਤੇ ਜਨਮ ਇਸ ਪਾਸੇ ਲਾ ਦੇਣਾ। ਦੂਜੀ ਭਗਤੀ ਕੀ ਹੈ? ਕਥਾ ਸੁਣਨੀ। ਕਥਾ ਸੁਣਨੀ ਭਗਤੀ ਆ। ਡਰਬੀ ਦੇ ਇੱਕ ਸਿੰਘ ਹੈ ਜੀ, ਭਾਈ ਰਵਿੰਦਰ ਸਿੰਘ ਜੀ, ਡਰਬੀ ਦੇ ਵਿੱਚ ਰਹਿੰਦੇ ਆ। ਉਹ ਕਹਿੰਦੇ ਮੇਰੀ ਜ਼ਿੰਦਗੀ ਕਥਾ ਸੁਣਨੀ ਹੈ, ਪਹਿਲਾਂ ਆਪ ਹੀ ਕਥਾ ਸੁਣਨੀ ਹੈ, ਮਸਕੀਨ ਜੀ ਦੀ ਵੀ ਸੁਣਨੀ ਹੈ, ਹੋਰ ਗੁਰਮੁਖ ਪਿਆਰਿਆਂ ਦੀ ਸੁਣਨੀ ਹੈ। ਇੱਧਰ ਬਾਬਾ ਚਮਕੌਰ ਸਿੰਘ ਜੀ ਬਰਿਆਰ ਤੋਂ, ਉਹ ਵੀ ਆਪਣਾ ਸੰਗਤ ਜੀ ਬੜੇ ਧਿਆਨ ਨਾਲ ਚਾਰ ਪੰਜ ਥਾਵਾਂ ਤੋਂ ਕਥਾ ਸੁਣ ਲੈਂਦੇ ਰੋਜ਼ ਦੀ। ਹਾਂਜੀ, ਉਹਨਾਂ ਨੇ ਮੰਜੀ ਸਾਹਿਬ ਵਾਲੀ ਵੀ ਸੁਣਨੀ ਹੈ, ਇਹ ਵੀ ਕਥਾ ਸੁਣਨੀ ਹੈ, ਪਟਿਆਲੇ ਤੋਂ ਵੀ ਸੁਣਨੀ ਹੈ, ਆਪਣਾ ਨਿਤਨੇਮ ਭਜਨ ਬੰਦਗੀ ਸਭ ਕੁਝ ਵੱਖਰਾ ਜੀ। ਕਥਾ ਸੁਣਨੀ ਕੀ ਹੈ? ਭਗਤੀ ਹੈ। ਸੋ ਤੀਜੀ ਭਗਤੀ ਕਿਹੜੀ ਦੱਸੀ ਹੈ? ਵੀ ਗੁਰੂ ਦੀ ਮੂਰਤ ਨੂੰ ਹਿਰਦੇ 'ਚ ਵਸਾ ਕੇ ਆਪਣੇ ਗੁਰੂ ਦੀਆਂ ਵਡਿਆਈਆਂ ਕਰਨੀਆਂ, ਇਹ ਵੀ ਇੱਕ ਭਗਤੀ ਹੈ। ਗੱਜ ਕੇ ਆਖੋ ਵਾਹਿਗੁਰੂ। ਗੁਰ ਕੀ ਮੂਰਤ ਮਨ ਮਹਿ ਧਿਆਨ। ਗੁਰੂ ਦੀ ਮੂਰਤੀ ਨੂੰ ਮਨ 'ਚ ਧਿਆਨ ਧਾਰਨਾ, ਗੁਰੂ ਦੀ ਮੂਰਤ ਨੂੰ ਹਿਰਦੇ 'ਚ ਵਸਾਉਣਾ, ਆਪਣੇ ਗੁਰੂ ਦੀ ਵੱਡੀ ਸ਼ਖਸੀਅਤ ਨੂੰ ਹਿਰਦੇ 'ਚ ਵਸਾਉਣਾ ਅਤੇ ਫਿਰ ਗੁਰੂ ਦੀਆਂ ਸਿਫਤਾਂ ਕਰਨੀਆਂ। ਅਤੇ ਕਿਵੇਂ? ਵੱਧੋ ਰੁੱਤੀ ਨਹੀਂ। ਮਹਾਰਾਜ ਕਹਿੰਦੇ ਆ ਪ੍ਰੇਮ ਸਹਿਤ, ਪ੍ਰੇਮ ਦੇ ਨਾਲ ਗੁਣ ਗਾਉਣੇ। ਪ੍ਰੇਮ ਦਾ ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਜਦੋਂ ਵੱਡਾ ਆਖਦੇ ਮਾਣ ਨਹੀਂ ਹੁੰਦਾ, ਥੋੜ੍ਹਾ ਜੀ ਹੋਣਾ ਚਾਹੀਦਾ, ਬਾਹਲਾ ਹੀ ਮਾਣ ਹੋਣਾ ਚਾਹੀਦਾ ਸਾਡੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਭ ਤੋਂ ਵੱਡੇ ਨੇ। ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ, ਸਭ ਤੇ ਵੱਡਾ ਸਤਿਗੁਰ ਨਾਨਕ। ਜਿਨ ਕਲ ਰਾਖੀ ਮੇਰੀ, ਜਿਨ ਕਲ ਰਾਖੀ ਮੇਰੇ, ਗੁਰੂ ਦੀ ਮੂਰਤ ਨੂੰ ਹਿਰਦੇ 'ਚ ਵਸਾ ਕੇ ਪਿਆਰ ਦੇ ਨਾਲ ਗੁਰੂ ਦੇ ਗੁਣ ਗਾਉਣੇ, ਇਹ ਤੀਜੇ ਪ੍ਰਕਾਰ ਦੀ ਭਗਤੀ ਹੈ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਗੱਜ ਕੇ ਵੇਖੋ, ਇਸ ਸਮੇਂ ਤਿੰਨ ਭਗਤੀਆਂ ਇਕੱਠੀਆਂ ਹੀ ਹੁੰਦੀਆਂ ਨੇ। ਸੰਗਤ 'ਚ ਬੈਠੇ ਹਾਂ, ਸੰਗਤ 'ਚ ਬੈਠੇ ਹਾਂ, ਫਿਰ ਇਤਿਹਾਸ ਦੀ ਕਥਾ ਸੁਣ ਰਹੇ ਹਾਂ।
ਗੁਰੂ ਦੀ ਕਥਾ ਸੁਣ ਰਹੇ, ਗੁਰੂ ਦੀ ਕਥਾ ਰੱਬ ਦੀ ਕਥਾ, ਅਤੇ ਫਿਰ ਗੁਰੂ ਦੀ ਵਡਿਆਈ ਪ੍ਰੇਮ ਨਾਲ ਹੋ ਰਹੀ ਹੈ, ਤਿੰਨੋ ਭਗਤੀਆਂ ਇਕੱਠੀਆਂ ਹੀ ਹੋ ਰਹੀਆਂ ਜੀ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਗੱਜ ਕੇ ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਵੇਖਿਓ ਅਗਲੀ ਗੱਲ ਮਹਾਰਾਜ ਗੁਰੂ ਨਾਨਕ ਸਾਹਿਬ ਮਰਦਾਨੇ ਨੂੰ ਕਿਹੜੀ ਕਹਿ ਰਹੇ, ਬੜੇ ਧਿਆਨ ਨਾਲ ਸੁਣਿਓ। ਪ੍ਰੇਮ ਸਹਿਤ, ਪ੍ਰੇਮ ਸਹਿਤ ਗੁਣ ਗਾਵਹਿ ਮੁਖ ਸੋ ਪੁਲ ਕਾਵਲ ਤਨ ਆਨਾ। ਕਹਿੰਦੇ ਮੁਖ ਤੋਂ ਪਿਆਰ ਨਾਲ ਗੁਰੂ ਸਾਹਿਬ ਦੇ ਗੁਣ ਗਾਵੇ ਤੇ ਸਰੀਰ ਨੂੰ ਲੋਹ ਖੜੇ ਹੋ ਜਾਣ ਸਰੀਰ ਦੇ, ਐਡਾ ਮੁਖ ਤੋਂ ਪ੍ਰੇਮ ਨਾਲ ਗੁਣ ਗਾਵੇ ਤੇ ਲੂੰ ਖੜੇ ਹੋਣ ਵਾਲੀ ਹਾਲਤ ਹੋ ਜਾਵੇ ਸਰੀਰ ਦੀ ਜੀ। ਜਦੋਂ ਸੰਗਤ ਜੀ ਕੋਈ ਪਿਆਰ ਨਾਲ ਗੱਜ ਕੇ ਗੁਰੂ ਦੀ ਸਿਫਤ ਕਰਦਾ, ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਸਰੀਰ ਦੇ ਲੂੰ ਕੰਡੇ ਖੜੇ ਹੋ ਜਾਂਦੇ ਹੈ, ਰੋਮ ਰੋਮ 'ਚ ਨਵੀਂ ਤਾਕਤ ਆ ਜਾਂਦੀ ਹੈ, ਇੱਕ ਇੱਕ ਰੋਮ 'ਚ ਤਾਕਤ ਆਉਂਦੀ ਹੈ ਜਦੋਂ ਮੁੱਖ ਤੋਂ ਕੋਈ ਗੁਰੂ ਨਾਨਕ ਸਾਹਿਬ ਆਪਣੇ ਸਤਿਗੁਰੂ ਦਾ ਐਂ ਜੁੜ ਕੇ ਜਸ ਕਰਦਾ। ਮਹਾਰਾਜ ਕਹਿੰਦੇ ਮਰਦਾਨਿਆ ਇਹ ਭਗਤੀ ਹੈ। ਹਾਂਜੀ, ਹੁਣ ਇੰਨੀ ਜ਼ੋਰ ਦੀ ਭਾਵ, ਇੰਨੇ ਆਨੰਦ ਵਿੱਚ, ਇੰਨੇ ਪ੍ਰੇਮ 'ਚ ਗੁਣ ਗਾਇਓ, ਗੁਰੂ ਨਾਨਕ ਸਾਹਿਬ ਅੱਗੇ ਅਰਦਾਸ ਕਰਿਓ, ਮਹਾਰਾਜ ਜੋ ਕਹਿ ਰਹੇ ਹੋ ਬਣ ਜਾਵੇ ਸਾਡੇ ਅੰਦਰ ਜੀ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ। ਮਹਾਰਾਜ ਕਹਿੰਦੇ ਮਰਦਾਨਿਆ ਇਹ ਤੀਜੀ ਭਗਤੀ ਹੈ। ਵੇਖ ਲਓ ਤਿੰਨ ਭਗਤੀਆਂ ਇਕੱਠੀਆਂ ਹੋ ਰਹੀਆਂ ਕਿ ਨਹੀਂ ਹੋ ਰਹੀਆਂ ਜੀ, ਕਿੱਡੀ ਮਹਾਰਾਜ ਸੱਚੇ ਪਾਤਸ਼ਾਹ ਨੇ ਆਪਣੇ 'ਤੇ ਕਿਰਪਾ ਕੀਤੀ। ਹੱਥ ਜੋੜੋ ਅਤੇ ਗੁਰੂ ਜੀ ਦਾ ਸ਼ੁਕਰਾਨਾ ਕਰੋ, ਪਿਆਰ ਨਾਲ ਸਿਰ ਝੁਕਾ ਕੇ ਕਹੋ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਮਹਾਰਾਜ ਕਹਿੰਦੇ ਮਰਦਾਨਿਆ ਇਹ ਤੀਜੀ ਭਗਤੀ ਹੈ। ਹਾਂਜੀ, ਦਮ ਸਮ ਭਾ ਬਿਰਖਤ ਕਰ ਮਨ ਤੇ ਸੁਰਗਾਦਿਕ ਤਜ ਚਾਹਾ। ਫਿਰ ਮਹਾਰਾਜ ਕਹਿੰਦੇ ਇੰਦਰੀਆਂ ਤੇ ਮਨ ਨੂੰ ਰੋਕੇ, ਇੰਦਰੀਆਂ ਨੂੰ ਰੋਕੇ, ਇੱਧਰ ਉੱਧਰ ਸੰਗਤ ਵਿੱਚ ਤੱਕਣਾ, ਕੋਈ ਆ ਗਿਆ ਹੈ, ਕੋਈ ਬੈਠ ਗਿਆ ਹੈ, ਇੰਦਰੀਆਂ ਨੂੰ ਰੋਕੇ, ਮਨ ਨੂੰ ਰੋਕੇ, ਅਤੇ ਸਵਰਗ ਦੀ ਚਾਹਤ ਵੀ ਨਾ ਰੱਖੇ ਵੀ ਮੈਨੂੰ ਸਵਰਗ ਮਿਲੇ। ਮਹਾਰਾਜ ਕਹਿੰਦੇ ਇਹ ਚੌਥੀ ਭਗਤੀ ਹੈ। ਹਾਂਜੀ, ਪਰ ਕੇ ਦੁੱਖ ਨਾ ਚੀਨਤ ਮਨ ਮੈਂ ਹਾਨ ਲਾਭ ਸਮਤਾ। ਅਤੇ ਲਾਭ ਅਤੇ ਹਾਨੀ ਦੀ ਵਿਚਾਰ ਨਾ ਕਰੇ ਜਦੋਂ ਭਗਤੀ ਕਰ ਰਿਹਾ ਹੋਵੇ, ਅਤੇ ਕਿਸੇ ਦੂਜੇ 'ਤੇ ਦੁੱਖ ਨਾ ਵੇਖੇ। ਹੁਣ ਪਹਿਲੀਆਂ ਤਿੰਨ ਕਰਦੀਆਂ ਤਾਂ ਚਲੋ ਉਹਦੇ ਵਾਸਤੇ ਵੀ ਕਿਰਪਾ ਦੀ ਲੋੜ ਹੈ, ਪਰ ਅੱਗੋਂ ਅੱਗੋਂ ਫਿਰ ਕਲਾਸਾਂ ਵੱਡੀਆਂ ਹੁੰਦੀਆਂ ਜਾਂਦੀਆਂ ਜੀ, ਅੱਗੋਂ ਅੱਗੋਂ ਸਟੇਜ ਵੱਡੀ ਹੋਈ ਜਾਂਦੀ ਹੈ। ਮਹਾਰਾਜ ਕਹਿੰਦੇ ਹੈ ਮਰਦਾਨਿਆ ਦੁੱਖ ਨਾ ਵੇਖੇ,
ਲਾਭ ਹਾਣੀ ਇਹਦੀ ਵਿਚਾਰ ਵੀ ਨਾ ਕਰੇ। ਹਾਂਜੀ। ਛਲ ਬਹੀਨ ਸਭ ਹੀ ਤੇ ਹੋਵਨ ਹਰਖ ਸ਼ੋਕ ਨਹੀਂ ਆਵੇ। ਹਾਂ, ਇਸ ਗੱਲ ਦਾ ਧਿਆਨ ਰੱਖਣਾ, ਵਿਚਾਰ ਇੱਕ ਤੇ ਕਰਨੀ ਹੈ ਵੀ ਕਿਸ ਕੰਮ 'ਚ ਲਾਭ ਹੈ, ਸਤ ਸੰਗਤ ਕੀਤਿਆਂ ਲਾਭ ਹੈ ਗੱਦ ਕੇ ਆਖੋ। ਵਾਹਿਗੁਰੂ। ਪਰ ਦੁਨਿਆਵੀ ਤੌਰ 'ਤੇ ਲਾਭ ਹੋਵੇ ਹਾਣੀ ਹੋਵੇ ਅਵਸਥਾ ਬਰਾਬਰ ਰਹੇ ਉਹਦੀ ਜੀ। ਦੁਨਿਆਵੀ ਤੌਰ 'ਤੇ ਹਾਣ ਲਾਭ ਬਰਾਬਰ ਹੋਣ ਉਹਦੇ ਵਾਸਤੇ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮੰਨੈ, ਸੁੱਖ ਸੁਨੇਹ ਵਰ ਪੈ ਨਹੀਂ ਜਾਂਕੈ, ਕੰਚਨ ਮਾਟੀ ਮੰਨੈ, ਭਗਤੀ ਹੈ। ਫਿਰ ਛਲ ਬਹੀਨ ਸਭ ਹੀ ਤੇ ਹੋਵਨ ਹਰਖ ਸ਼ੋਕ ਨਹਿ ਆਵੈ। ਮਹਾਰਾਜ ਕਹਿੰਦੇ ਛਲ ਰਹਿ ਤੋਰੀ ਨਜ਼ਰ ਹੋਵੇ, ਕਿਸੇ ਨਾਲ ਧੋਖਾ ਕਰਨ ਦਾ ਫੁਰਨਾ ਨਾ ਹੋਵੇ ਗੱਜ ਕੇ ਆਖੋ। ਵਾਹਿਗੁਰੂ। ਧੋਖਾ ਨਾ ਕਰੇ ਕਿਸੇ ਨਾਲ, ਛਲ ਰਹਿ ਤੋਰੀ ਨਜ਼ਰ ਹੋਵੇ, ਖੁਸ਼ੀ ਗਮੀ ਫਿਰ ਉਹਦੇ ਨੇੜੇ ਵੀ ਨਾ ਆਵੇ ਮਹਾਰਾਜ ਕਹਿੰਦੇ। ਹਾਂਜੀ। ਦ੍ਰਿੜ ਨਿਸ਼ਚਾ ਕਰ ਤਾਰ ਵਖੇ ਅਤ ਡੋਲ ਨਾ ਕਬਹੂ ਜਾਵੇ। ਤੇ ਮਹਾਰਾਜ ਕਹਿੰਦੇ ਹਿਰਦਾ ਐ ਅਡੋਲ ਰੱਖੇ ਰੱਬ ਵਿੱਚ, ਰੱਬ ਤੇ ਭਰੋਸਾ ਇੰਨਾ ਹੋਵੇ ਉਹਦਾ ਹਿਰਦਾ ਹੀ ਨਾ ਡੋਲੇ ਕਦੀ ਮਹਾਰਾਜ ਕਹਿੰਦੇ। ਹਾਂਜੀ। ਹਰ ਸਰੂਪ ਸਭ ਹੂ ਕੋ ਜਾਣੈ ਰਵਿਓ ਸਭ ਕੇ ਮਾਹੀ। ਤੇ ਹਰੀ ਦੇ ਸਰੂਪ ਨੂੰ ਸਾਰਿਆਂ ਵਿੱਚ ਜਾਣੇ, ਨੌ ਪ੍ਰਕਾਰ ਦੀ ਭਗਤੀ ਹੈ, ਰੱਬ ਦਾ ਰੂਪ ਸਾਰਿਆਂ ਵਿੱਚ ਵੇਖੇ। ਹਾਂਜੀ। ਇਹ ਬਿਦ ਹੈ ਸ਼ੂਸ਼ਮ ਕਰ ਵਰਣੀ ਏਕ ਪ੍ਰਾਪਤ ਜਾਹੀ। ਹੁਣ ਗੱਲ ਬੜੇ ਧਿਆਨ ਨਾਲ ਸੁਣਿਓ, ਗੱਜ ਕੇ ਆਖੋ ਵਾਹਿਗੁਰੂ। ਬਸ ਸੰਪੂਰਨਤਾ ਹੈ। ਮਹਾਰਾਜ ਗਰੀਬ ਨਿਵਾਜ ਸੱਚੇ ਪਾਤਸ਼ਾਹ ਕਹਿੰਦੇ ਹੈ ਇਹ ਬਿਦ ਹੈ ਸੂਸ਼ਮ ਕਰ ਵਰਣੀ। ਮਹਾਰਾਜ ਕਹਿੰਦੇ ਮਰਦਾਨਿਆਂ ਇਹ ਤੈਨੂੰ ਛੋਟਾ ਜਿਹਾ ਰੂਪ ਦੱਸਿਆ ਭਗਤੀ ਦਾ, ਖੋਲ ਕੇ ਨਹੀਂ ਗੱਲ ਦੱਸੀ। ਏਕ ਪ੍ਰਾਪਤ ਜਾਹੀ, ਮਹਾਰਾਜ ਕਹਿੰਦੇ ਹੈ ਇਹ ਨੌ ਪ੍ਰਕਾਰ ਦੀ ਭਗਤੀ ਚੋਂ ਕਿਸੇ ਨੂੰ ਇੱਕ ਤਰ੍ਹਾਂ ਦੀ ਵੀ ਭਗਤੀ ਮਿਲ ਜਾਵੇ। ਕੁੱਲ ਸਮੇਤ ਤਰ ਹੈ ਭਵ ਸਾਗਰ। ਗੱਦ ਕੇ ਆਖੋ। ਮਹਾਰਾਜ ਕਹਿੰਦੇ ਆਪ ਤੇ ਤਰਦਾ ਹੀ ਹੈ, ਆਪਣੀ ਕੁੱਲ ਨੂੰ ਵੀ ਤਾਰ ਲੈਂਦਾ ਸੱਚੇ ਪਾਤਸ਼ਾਹ ਕਹਿੰਦੇ। ਹਾਂਜੀ। ਅਵਰ ਤਰੈ ਤਿਹ ਸੰਗਾ। ਤੇ ਉਹਦੇ ਨਾਲ ਹੋਰ ਕਈ ਤਰ ਜਾਂਦੇ ਮਹਾਰਾਜ ਕਹਿੰਦੇ ਮਰਦਾਨਿਆ, ਜਿਹੜਾ ਵੇਖੋ ਹੁਣ ਪਹਿਲੀਆਂ ਤਿੰਨ ਭਗਤੀਆਂ ਤਾਂ ਸੁਣੀਆਂ ਸਮਝੀਆਂ ਵੀ ਤੁਸੀਂ, ਉਹਦੇ ਤੋਂ ਅੱਗੇ ਨਿਰਛਲ ਰਵੇ ਧੋਖੇ ਵਾਲੀ ਭਾਵਨਾ ਨਾ ਰਹੇ, ਵਾਹਿਗੁਰੂ ਜੀ ਦਾ ਰੂਪ ਸਾਰਿਆਂ 'ਚ ਜਾਣਦਾ ਹੋਵੇ, ਪਰਮੇਸ਼ਰ ਦੇ ਵਿੱਚ ਪੂਰਾ ਪੂਰਾ ਭਰੋਸਾ ਹੋਵੇ। ਹਾਂਜੀ। ਪੂਰਾ ਪੂਰਾ ਭਰੋਸਾ ਹੋਵੇ, ਮਨ ਨੂੰ ਇੰਦਰੀਆਂ ਨੂੰ ਰੋਕੇ ਸਵਰਗ ਦੀ ਇੱਛਾ ਨਾ ਰੱਖੇ, ਪਰਾਏ ਬਾਰੇ ਮਨ 'ਚ ਮੂਰਾ ਨਾ ਰੱਖੇ, ਹਾਣ ਲਾਭ ਬਰਾਬਰ ਹੋਵੇ, ਸਤਸੰਗਤ ਦੀ ਸੇਵਾ ਕਰੇ, ਆਪਣਾ ਜੀਵਨ ਇੱਧਰ ਲਾਵੇ, ਗੁਰੂ ਦਾ ਇਤਿਹਾਸ ਪਰਮੇਸ਼ਰ ਦੀ ਕਥਾ ਸੁਣੇ, ਗੁਰੂ ਦੀ ਇੰਨੀ ਸਿਫਤ ਕਰੇ, ਸਿਫਤ ਕਰਦਿਆਂ ਪ੍ਰੇਮ ਨਾਲ ਮੁੱਖੋਂ ਇਸ ਤਰ੍ਹਾਂ ਬੋਲੇ, ਲੂੰਹ ਕੰਢੇ ਖੜ੍ਹੇ ਹੋਣ ਵਾਲੀ ਅਵਸਥਾ ਬਣੇ, ਇਹਨਾਂ ਵਿੱਚੋਂ ਕਿਸੇ ਵਿੱਚ ਇੱਕ ਵੀ ਗੁਣ ਆ ਗਿਆ ਉਹ ਨਰਕਾਂ ਨੂੰ ਨਹੀਂ ਜਾਏਗਾ। ਮਹਾਰਾਜ ਕਹਿੰਦੇ ਆਪ ਵੀ ਤਰੇਗਾ, ਦੂਜਿਆਂ ਨੂੰ ਵੀ ਤਾਰੇਗਾ। ਹਾਂਜੀ। ਭਗਤ ਕਰਤ ਮਾਇਆ ਨਹਿ ਮੋਹੈ ਰਾਚਹਿ ਹਰ ਕੇ ਰੰਗਾ। ਜੇ ਇਹ ਕੰਮ ਕਰਦਾ ਰਵੇ, ਭਗਤੀ ਕਰਦਾ ਰਵੇ, ਤੇ ਗੁਰੂ ਦੇ ਅੱਗੇ ਅਰਦਾਸਾਂ ਕਰੇ ਵੀ ਮਾਇਆ ਨਾ ਪਵੇ, ਮਾਇਆ ਨਾ ਪਵੇ, ਤੇ ਕਹਿੰਦੇ ਅਰਦਾਸਾਂ ਕਰਦਾ ਰਵੇ। ਸੋ ਸੰਗਤ ਜੀ, ਆਪਾਂ ਇਹ ਵੀ ਅਰਦਾਸ ਕਰਨੀ ਹੈ। ਮਹਾਰਾਜ ਕਹਿੰਦੇ ਫਿਰ ਭਗਤੀ ਕਰਦੇ ਉੱਤੇ ਮਾਇਆ ਅਸਰ ਨਹੀਂ ਪਾਉਂਦੀ, ਤੇ ਕਰਦਿਆਂ ਕਰਦਿਆਂ ਸਹਿਜ ਸੁਭਾਅ ਉਹ ਗੁਰੂ ਦੇ ਪਰਮੇਸ਼ਰ ਦੇ ਰੰਗ ਵਿੱਚ ਰੰਗਿਆ ਰਹਿੰਦਾ ਹੈ। ਸੋ ਨੌਂ ਪ੍ਰਕਾਰ ਦੀ ਨਿਰੀ ਭਗਤੀ ਸੁਣਨੀ ਨਹੀਂ ਹੈ, ਯਤਨ ਕਰਨਾ ਸੰਗਤ ਜੀ, ਇਹ ਭਗਤੀ ਸਾਡੇ ਜੀਵਨ ਦਾ ਅੰਗ ਵੀ ਬਣੇ ਜੀ। ਆਓ ਮਹਾਰਾਜ ਜੀ ਦੀਆਂ ਸਿਫਤਾਂ ਕਰਕੇ ਫਿਰ ਖਿਮਾ ਮੰਗਾਂ, ਸਾਵਧਾਨ ਹੋਵੋ ਐਂ ਗੱਜ ਕੇ, ਜਿਵੇਂ ਮਹਾਰਾਜ ਨੇ ਕਿਹਾ ਪਿਆਰ ਨਾਲ ਗੁਰੂ ਨਾਨਕ ਸਾਹਿਬ ਦੀ ਸਿਫਤ ਕਰਨੀ ਹੈ, ਤੁਹਾਨੂੰ ਬਹੁਤ ਕੁਝ ਮਿਲਣਾ ਹੈ, ਸਾਨੂੰ ਬਹੁਤ ਪ੍ਰਾਪਤੀ ਹੋਏਗੀ। ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ ਹਮਾਰਾ, ਧੰਨ ਧੰਨ ਸਤਿਗੁਰੂ।
हमारा। धन धन सतगुरु हमारा, धन धन सतगुरु हमारा। सच्चे पातशाह कृपा करन बख्शिशां करन, ये भी एक भगती है। हाँ जी, ते चार चौथी भगती भी सुन दो। जे कथा का सुनदिया मन रोक के इंद्रियां रोक के ऐ ध्यान ना सुनो तो चौथी भगती भी नाल ही हो जानी है। ते पंजवीं भी सुन दो जिहड़ी नौवें नंबर ते महाराज ने आखी भी मन सावधान करके परमेशर च भरोसा रखना। परमेशर की है? गुर परमेशर ना ही भेद, सतगुरु ते भरोसा रखना। पंजवीं भगती भी नाले हो जानी है जी। महाराज गरीब नवाज कृपा करन बख्शिशा करन, होइयां भुलां चुकां दी खिमा बख्शिश करनी। दोवें हाथ जोड़ के गज के फतेह बुलाओ जी। वाहेगुरु जी का खालसा, वाहेगुरु जी की फतेह।